ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਅਕਾਲ ਚੈਨਲ ਦਿੱਲੀ ਸਟੂਡੀਓ ਦੇ ਵਿੱਚ, ਅਤੇ ਜਿਸ ਤਰ੍ਹਾਂ ਕਿ ਅਕਾਲ ਚੈਨਲ ਵਧੀਆ ਤੋਂ ਵਧੀਆ ਪ੍ਰੋਗਰਾਮ ਅਸੀਂ ਤੁਹਾਡੇ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ, ਉਸੀ ਕੜੀ ਦੇ ਵਿੱਚ ਜੋ ਪ੍ਰੋਗਰਾਮ ਗਿਆਨ ਦੀ ਸਾਂਝ ਤੁਸੀਂ ਦੇਖ ਰਹੇ ਹੋ ਉਹਦੇ ਵਿੱਚ, ਜਿਹਦੇ ਅਸੀਂ ਜੋ ਵਧੀਆ ਤੋਂ ਵਧੀਆ ਸੰਤ ਕੀਰਤਨੀਆਂ ਦੇ ਨਾਲ, ਕਥਾ ਵਾਚਕਾਂ ਦੇ ਨਾਲ, ਅਤੇ ਜੋ ਜੋ ਪ੍ਰੇਰਣਾ ਸਰੋਤਰ ਹੁੰਦੇ ਨੇ ਜੋ ਪੰਥ ਵਾਸਤੇ, ਜੋ ਕੌਮ ਵਾਸਤੇ, ਅਸੀਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਤੁਹਾਡੀ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਉਸੀ ਕੜੀ ਦੇ ਵਿੱਚ ਅੱਜ ਅਸੀਂ ਜੁੜਦੇ ਹਾਂ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਦੇ ਨਾਲ, ਜੋ ਕਿ ਆਸਟ੍ਰੇਲੀਆ ਦੇ ਜੋ ਦੇ ਵਿੱਚ ਰਹਿਣ ਵਾਲੇ ਨੇ, ਉੱਥੇ ਦੇ ਜੋ ਜੋ ਇੱਕ ਮਸ਼ਹੂਰ, ਇੱਕ ਜੋ ਆਲ ਵਰਲਡ ਦੇ ਵਿੱਚ ਹੀ ਬਹੁਤ ਵਿਖਿਆਤ ਇੱਕ ਜੋ ਰਾਗੀ ਸਿੰਘ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅਤੇ ਸਭ ਤੋਂ ਪਹਿਲੇ ਗੁਰੂ ਫਤਿਹ ਦੀ ਸਾਂਝ ਕਰਦੇ ਹਾਂ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਿੰਦਰ ਸਿੰਘ ਜੀ, ਭਾਈ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਸੀਂ ਆਪ ਜੀ ਦਾ ਅਕਾਲ ਚੈਨਲ ਦੇ ਦਿੱਲੀ ਸਟੂਡੀਓ ਦੇ ਵਿੱਚ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪ ਜੀ ਨੇ ਸਮਾਂ ਦਿੱਤਾ ਸਾਨੂੰ ਗੱਲਬਾਤ ਕਰਨ ਦਾ। ਅਤੇ ਸਭ ਤੋਂ ਪਹਿਲੇ ਅਸੀਂ ਤੁਹਾਡੇ ਬਾਰੇ, ਜੋ ਸੰਗਤ ਦੇ ਨਾਲ ਅਸੀਂ ਜੋ ਇੱਕ ਰਾਗੀ ਸਿੰਘ ਦੇ ਪਿੱਛੇ, ਇੱਕ ਭਾਈ ਪਰਮਿੰਦਰ ਸਿੰਘ ਦੇ ਪਿੱਛੇ ਕੀ ਉਹਦੀ ਲਾਈਫ ਹੈ, ਅਤੇ ਕੀ ਕਿਸ ਤਰ੍ਹਾਂ ਉਹਨੇ ਕੀਰਤਨ ਵੱਲ ਆਇਆ, ਅਤੇ ਕਿਸ ਤਰ੍ਹਾਂ ਕਿੰਨੀ ਮੁਸੀਬਤਾਂ ਦਾ ਸਾਹਮਣਾ ਕਰਦੇ ਕਰਦੇ ਆਪਣੇ ਆਪ ਨੂੰ ਜੇ ਇੱਕ ਐਗਜ਼ਾਮਪਲ ਸਾਰੇ ਪੰਥ ਦੇ ਕੌਮ ਵਾਸਤੇ ਇੱਕ ਬਣਿਆ, ਉਹਦੇ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ। ਸਭ ਤੋਂ ਪਹਿਲੇ ਅਸੀਂ ਤੁਹਾਡੇ ਜੋ ਬੈਕਗਰਾਊਂਡ ਬਾਰੇ ਅਸੀਂ ਗੱਲਬਾਤ ਕਰਾਂਗੇ ਕਿ ਕਿੱਥੇ ਤੁਹਾਡਾ ਜਨਮ ਹੋਇਆ। ਸਭ ਤੋਂ ਪਹਿਲਾਂ ਮੈਂ ਅਕਾਲ ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਲਾਇਕ ਸਾਨੂੰ ਇਸ ਲਾਇਕ ਸਮਝਿਆ ਕਿ ਇੰਟਰਵਿਊ ਲੈ ਰਹੇ ਹੋ ਤੁਸੀਂ। ਅਤੇ ਇਹ ਸਭ ਗੁਰੂ ਸਾਹਿਬ ਦੀ ਵਡਿਆਈ ਹੈ, ਇਹ ਸਭ ਗੁਰੂ ਸਾਹਿਬ ਦੀ ਬਾਣੀ ਦੀ ਵਡਿਆਈ ਹੈ ਜੋ ਇਸ ਤਰ੍ਹਾਂ ਸੇਵਾਵਾਂ ਗੁਰੂ ਸਾਹਿਬ ਲੈ ਰਹੇ ਹਨ। ਅਤੇ ਬਾਕੀ ਰਹੀ ਗੱਲ ਤੁਸੀਂ ਅਗਲੇ ਸਵਾਲ ਜੋ ਪੁੱਛਿਆ, ਹਾਂਜੀ, ਕਿ ਜਨਮ ਤੁਸੀਂ ਆਪਣਾ ਕਿੱਥੇ ਆਪਣਾ ਵੱਡੇ ਹੋਏ ਤੁਸੀਂ? ਸੋ ਦਾਸ ਦਾ ਜਨਮ ਜਲੰਧਰ ਸ਼ਹਿਰ ਦਾ ਹੈ। ਅਤੇ ਬਚਪਨ ਦੇ ਵਿੱਚ ਮੇਰੇ ਮਾਤਾ ਪਿਤਾ ਜੀ ਨੂੰ ਇੱਧਰਲੇ ਪਾਸੇ ਗੁਰਬਾਣੀ ਵੱਲ ਔਰ ਗੁਰਸੰਗਤ ਵੱਲ ਉਹਨਾਂ ਦਾ ਰੁਝਾਨ ਸੀ। ਉਹਨਾਂ ਨੇ, ਮੇਰੀ ਮਾਤਾ ਜੀ ਨੇ ਖਾਸ ਕਰਕੇ ਕੀਰਤਨ ਵੱਲ ਉਹਨਾਂ ਦੀ ਰੁਚੀ ਸੀ। ਉਹ ਆਪ ਤਾਂ ਨਹੀਂ ਕਰਦੇ ਸਨ, ਪਰ ਉਹਨਾਂ ਦੀ ਦਿਲੀ ਇੱਛਾ ਸੀਗੀ ਕਿ ਮੈਂ ਕੀਰਤਨ ਸਿੱਖਾਂ ਔਰ ਗੁਰਬਾਣੀ ਗਾਇਨ ਕਰਾਂ। ਅਤੇ ਕੁਦਰਤੀ ਸਾਡੇ ਜਿੱਥੇ ਮੈਂ ਰਹਿੰਦਾ ਜਲੰਧਰ ਸ਼ਹਿਰ ਜਿਸ ਨਗਰ ਦੇ ਵਿੱਚ, ਉੱਥੇ ਉੱਥੇ ਦੇ ਜਿਹੜਾ ਗੁਰਸਿੱਖ ਪਿਆਰੇ ਆਲੇ ਦੁਆਲੇ ਦਾ ਮਾਹੌਲ ਇਸ ਤਰ੍ਹਾਂ ਦਾ ਸੀਗਾ, ਔਰ ਉੱਥੇ ਗੁਰਸਿੱਖਾਂ ਦੀ ਸੰਗਤ ਵਿੱਚੋਂ ਇਹ ਦਾਤ ਪ੍ਰਾਪਤ ਹੋਈ ਹੈ ਬੇਸਿਕਲੀ। ਅਤੇ ਗੁਰਸਿੱਖਾਂ ਨੇ ਆਪ ਹੀ ਆਪਣਾ ਵੀਰ ਜਾਣ ਕੇ, ਆਪਣੇ ਸ਼ਹਿਰ ਦਾ ਬੱਚਾ ਜਾਣ ਕੇ, ਉਹਨਾਂ ਨੇ ਮੈਨੂੰ ਸੰਗਤ ਵਿੱਚ ਲਿਜਾਣਾ ਔਰ ਸੰਗਤ ਵਿੱਚ ਜਾ ਕੇ ਇਹ ਦਾਤ ਪ੍ਰਾਪਤ ਹੋਈ। ਅਤੇ ਪਰਿਵਾਰ ਦੇ ਵਿੱਚ ਅਸੀਂ ਗੱਲ ਕਰਦੇ, ਪਰਿਵਾਰ ਦੇ ਵਿੱਚ ਕੌਣ ਕੌਣ ਆਪ ਜੀ? ਪਰਿਵਾਰ ਦੇ ਵਿੱਚ ਮੇਰੇ ਦੋ ਵੱਡੇ ਵੀਰ ਨੇ ਔਰ ਇੱਕ ਮੇਰੀ ਜੁੜਵਾਂ ਭੈਣ ਹੈ। ਅੱਛਾ, ਕੀ ਬਾਤ ਹੈ। ਹਾਂਜੀ, ਅਤੇ ਚਲੋ, ਮੈਂ ਬਹੁਤ ਬਹੁਤ ਸ਼ੁਕਰ ਕਰਦਾ ਗੁਰੂ ਸਾਹਿਬ ਦਾ ਕਿ ਜੋ ਕੀਰਤਨ ਦੀ ਦਾਤ ਗੁਰੂ ਸਾਹਿਬ ਨੇ ਮੇਰੇ ਹਿੱਸੇ ਆਈ। ਸਾਡੇ ਪਰਿਵਾਰ ਵਿੱਚ ਹੋਰ ਹਜੇ ਸਾਰੇ ਕੀਰਤਨੀਆਂ ਦੇ, ਕੀਰਤਨ ਦੇ ਸਰੋਤੇ ਹਨ, ਪਰ ਗਾਇਨ ਕਰਨ ਦੀ ਜੋ ਦਾਤ ਗੁਰੂ ਸਾਹਿਬ ਨੇ ਮੈਨੂੰ ਦਿੱਤੀ, ਔਰ ਮੈਂ ਬਹੁਤ ਹੀ ਜ਼ਿਆਦਾ ਖਿਣ ਖਿਣ ਨਮਸਕਾਰ ਕਰਦਾ ਗੁਰੂ ਸਾਹਿਬ ਨੂੰ, ਸ਼ੁਕਰਗੁਜ਼ਾਰ ਕਰਦਾ ਕਿ ਉਹਨਾਂ ਨੇ ਦਾਤ ਮੈਨੂੰ ਦਿੱਤੀ। ਅਤੇ ਜੇ ਆਪਾਂ ਪਰਿਵਾਰ ਦੀ ਗੱਲ ਕਰੀਏ, ਪਿਤਾ ਜੀ ਦੇ ਬਾਰੇ ਅਸੀਂ ਗੱਲ ਕਰੀਏ, ਫੈਮਿਲੀ ਦਾ ਕੀ ਪ੍ਰੋਫੈਸ਼ਨ ਸੀਗਾ ਉਦੋਂ? ਸੋ ਪਿਤਾ ਜੀ ਮੇਰੇ ਬਹੁਤ ਹੀ ਮਿਹਨਤੀ, ਹੱਥੀਂ ਕੰਮ ਕਰਨ ਵਾਲੇ, ਲੱਕੜੀ ਦੇ ਕੰਮ ਦੇ ਕਾਰੀਗਰ ਹਨ। ਅਤੇ ਮੇਰੇ ਵੱਡੇ ਵੀਰ ਵੀ ਇਸੇ ਪ੍ਰੋਫੈਸ਼ਨ ਵਾਲੀ ਹਨ, ਔਰ ਦਾਸ ਦਾ ਜਿਹੜਾ ਰੁਝਾਨ ਸੀਗਾ ਉਹ ਪੜ੍ਹਾਈ ਵੱਲ ਸੀਗਾ, ਔਰ ਸਾਡੇ ਪਿਤਾ ਜੀ ਸਾਡੇ ਚਾਹੁੰਦੇ ਸਨ ਕਿ ਮੈਂ ਜਿੰਨਾ ਵੱਧ ਤੋਂ ਵੱਧ ਪੜ੍ਹ ਲਿਖਾਂ ਪੜ੍ਹਾਂ। ਉਹਨਾਂ ਨੇ ਬੜੀ ਕਰੜੀ ਮਿਹਨਤ ਕਰਕੇ ਮੈਨੂੰ ਪੜ੍ਹਾਇਆ ਲਿਖਾਇਆ, ਔਰ ਉਹਨਾਂ ਦਾ ਮੈਂ ਦੇਣਾ ਕਦੀ ਵੀ ਨਹੀਂ ਦੇ ਸਕਦਾ। ਬਿਲਕੁਲ, ਆਪਾਂ ਮੋਸਟ ਆਫ ਦਾ ਮੋਸਟ ਅਸੀਂ ਦੇਖਦੇ ਹਾਂ ਕਿ ਵੱਡੇ ਜੋ ਬੇਟੇ ਹੁੰਦੇ ਨੇ ਉਹਨਾਂ ਨੂੰ ਜੋ ਪਰਿਵਾਰ ਦੇ ਜੋ ਪਰਿਵਾਰਿਕ ਬਿਜ਼ਨਸ ਦੇ ਵਿੱਚ ਸ਼ਾਮਿਲ ਹੁੰਦੇ ਨੇ, ਛੋਟੇ ਬੇਟਿਆਂ ਨੂੰ ਅਸੀਂ ਜ਼ਿਆਦਾ ਜੋ ਦਿੱਤੀ ਜਾਂਦੀ ਸੀ ਉਸ ਸਮੇਂ ਤਵੱਜੋ ਕਿ ਉਹ ਪੜ੍ਹਾਈ ਕਰੇ, ਅਤੇ ਉਸੇ ਤਰੀਕੇ ਸ਼ਾਇਦ ਤੁਸੀਂ ਵੀ ਇਸ ਤਰ੍ਹਾਂ ਹੀ ਤੁਸੀਂ ਵੀ ਅੱਗੇ ਵਧੇ। ਹਾਂਜੀ ਹਾਂਜੀ, ਔਰ ਪੜ੍ਹਾਈ ਦਾ ਵੀ ਮੈਨੂੰ ਜੋ ਲਾਭ ਹੈ ਉਹ ਮੈਂ ਹੁਣ ਲੈ ਰਿਹਾ, ਮੈਂ ਚੰਗੀ ਜੋਬ 'ਤੇ ਲੱਗ ਕੇ ਮੈਨੂੰ ਬੜੀ ਖੁਸ਼ੀ ਹੈ। ਕਿੱਥੇ ਆਪਣਾ ਪੜ੍ਹਾਈ ਕਿੱਥੇ ਹੁੰਦੀ ਸੀ? ਮੈਂ ਸਕੂਲਿੰਗ ਵਗੈਰਾ ਕਿੱਥੇ ਤੁਸੀਂ ਕੀਤੀ? ਹਾਂਜੀ, ਮੈਂ ਜਲੰਧਰ ਸ਼ਹਿਰ ਦੇ ਵਿੱਚ ਹੀ, ਉੱਥੇ ਸਕੂਲ ਮੇਰੀ ਜੋ ਸਕੂਲਿੰਗ ਹੈ 12ਵੀਂ ਤੱਕ ਉੱਥੇ ਹੋਈ ਹੈ, ਅਤੇ ਨਾਲ ਹੀ ਫਿਰ ਮੈਂ ਉੱਥੇ ਡੀ ਏ ਵੀ ਕਾਲਜ ਜਲੰਧਰ ਤੋਂ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨਸ ਦੀ ਡਿਗਰੀ ਲਈ ਸੀ। ਹਾਂਜੀ, ਔਰ ਉਹ ਕਰਨ ਤੋਂ ਬਾਅਦ ਕੁਦਰਤੀ, ਕਿਉਂਕਿ ਸਾਡੇ ਜ਼ਿਆਦਾਤਰ ਪਰਿਵਾਰਾਂ ਦੇ ਵਿੱਚ ਓਵਰਸੀਜ਼ ਜਾਣ ਦਾ ਰੁਝਾਨ ਸ਼ੁਰੂ ਤੋਂ ਹੀ ਰਿਹਾ, ਅਤੇ ਮੈਂ ਵੀ ਗ੍ਰੈਜੂਏਸ਼ਨ ਤੋਂ ਬਾਅਦ ਇੰਗਲੈਂਡ ਚਲਾ ਗਿਆ ਸੀ। ਉੱਥੇ 2 ਸਾਲ ਮੈਂ ਉੱਥੇ ਰਿਹਾ, ਅਤੇ ਉੱਥੇ 2 ਸਾਲ ਤੋਂ ਬਾਅਦ ਫਿਰ ਮੈਂ ਅੱਗੇ ਆਪਣੀ ਪੜ੍ਹਾਈ ਕੰਟੀਨਿਊ ਕੀਤੀ, ਕੁਛ ਸਮਾਂ ਦਿੱਲੀ ਲਾ ਕੇ ਇੱਥੇ ਜੋਬ ਕਰਨ ਤੋਂ ਬਾਅਦ ਦਿੱਲੀ,
ਮੈਂ ਅੱਛਾ ਦਿੱਲੀ ਵੀ ਤੁਸੀਂ ਯਾਨੀ ਦਿੱਲੀ ਵੀ ਹਾਂਜੀ ਦਿੱਲੀ ਕਦੋਂ ਤੁਸੀਂ ਦਿੱਲੀ 2007 ਦੇ ਵਿੱਚ ਜਦੋਂ ਮੈਂ ਇੰਗਲੈਂਡ ਤੋਂ ਆਇਆ 2008 ਦੇ ਵਿੱਚ ਮੈਂ ਇੱਥੇ ਥੋੜ੍ਹਾ ਚਿਰ ਜੋਬ ਕੀਤੀ ਤੁਸੀਂ ਪਹਿਲੇ ਤੁਸੀਂ ਇੰਗਲੈਂਡ ਗਏ ਸੀਗੇ ਆਸਟ੍ਰੇਲੀਆ ਗਏ ਸੀਗੇ ਪਹਿਲਾਂ ਮੈਂ ਇੰਗਲੈਂਡ ਰਿਹਾ ਜੀ ਅੱਛਾ ਕਿੰਨੇ 2 ਸਾਲ ਤੁਸੀਂ ਯਾਨੀ ਇੰਗਲੈਂਡ ਰਹੇ ਹਾਂਜੀ ਮੈਂ 2 ਸਾਲ ਇੰਗਲੈਂਡ ਕਿਹੜੀ ਜਗ੍ਹਾ ਤੁਸੀਂ ਰਹਿੰਦੇ ਇੰਗਲੈਂਡ ਮੈਂ ਉੱਥੇ ਸਲਾਹ ਦੇ ਵਿੱਚ ਲੰਡਨ ਲੱਗ ਗਈ ਅੱਛਾ ਠੀਕ ਹੈ ਠੀਕ ਹੈ ਰਿਹਾ ਹਾਂਜੀ ਠੀਕ ਹੈ ਅਤੇ ਉੱਥੇ ਬਸ ਆਪਣਾ ਕੁਛ ਕੰਮ ਦਾ ਤਜਰਬਾ ਲੈ ਕੇ ਫਿਰ ਮੈਨੂੰ ਮੇਰੀ ਜਿਵੇਂ ਵੀ ਇਹ ਇੱਛਾ ਸੀਗੀ ਮੈਂ ਹੋਰ ਅੱਗੇ ਪੜ੍ਹਾਂ ਕਿਉਂਕਿ ਮੈਂ ਆਪਣੇ ਲਾਈਨ ਦੇ ਵਿੱਚ ਆਪਣੀ ਕੰਪਿਊਟਰ ਲਾਈਨ ਦੇ ਵਿੱਚ ਜੋਬ ਕਰਨਾ ਚਾਹੁੰਦਾ ਸੀ ਅਤੇ ਫਿਰ ਮੈਂ ਆ ਕੇ ਇੱਥੇ ਕੁਝ ਸਮਾਂ ਦਿੱਲੀ ਵਿੱਚ ਵੀ ਕੰਮ ਕੀਤਾ ਦਿੱਲੀ 'ਚ ਕਦੋਂ ਕਿਹੜੇ ਸਨ ਤੁਸੀਂ ਵਾਪਸੀ 2008 ਦੇ ਵਿੱਚ ਮੈਂ ਇੱਥੇ ਵਿਪਰੋ ਕੰਪਨੀ ਨਾਲ ਹੈਗੀ ਨੋਇਡਾ ਦੇ ਵਿੱਚ ਮੈਂ ਇੱਥੇ ਓਖਲਾ ਸਟੇਟ ਇੱਥੇ ਮੈਂ ਉੱਥੇ ਲਾਜਪਤ ਨਗਰ ਰਹਿੰਦਾ ਰਿਹਾ ਉੱਥੇ ਥੋੜ੍ਹਾ ਚਿਰ ਕੰਮ ਕੀਤਾ ਅਤੇ ਫਿਰ ਬਸ ਇਸੇ ਕਰਕੇ ਕਿ ਜੋ ਦਿਲ ਦੇ ਵਿੱਚ ਇਹ ਸੀਗਾ ਕਿ ਇੱਕ ਤਾਂ ਜਿਵੇਂ ਤੁਹਾਨੂੰ ਦੱਸਿਆ ਕਿ ਬਾਹਰ ਓਵਰਸੀਜ਼ ਜਾਣ ਦਾ ਸਾਡੇ ਰੁਝਾਨ ਰਿਹਾ ਪਰਿਵਾਰਾਂ ਦੇ ਵਿੱਚ ਅਤੇ ਮੇਰੀ ਵੀ ਇੱਛਾ ਸੀ ਔਰ ਮੈਂ ਪੜ੍ਹਨ ਦੀ ਵੀ ਇੱਛਾ ਸੀਗੀ ਉਹਦੇ ਨਾਲ ਨੂੰ ਮੁੱਖ ਰੱਖ ਕੇ ਮੈਂ ਆਸਟ੍ਰੇਲੀਆ ਦੇ ਵਿੱਚ ਉੱਥੇ ਆਪਣੀ ਮਾਸਟਰਸ ਕੰਟੀਨਿਊ ਕੀਤੀ ਉੱਥੇ ਜਾ ਕੇ ਹਾਂਜੀ ਤੋਂ ਫਿਰ ਮੇਰੀ ਮਾਸਟਰ ਆਫ ਨੈਟਵਰਕਿੰਗ ਮੈਂ ਉੱਥੇ ਸਵਿਮਿਨ ਯੂਨੀਵਰਸਿਟੀ ਆਫ ਟੈਕਨੋਲੋਜੀ ਉੱਥੋਂ ਤੱਕ ਕੀਤੀ ਸੀ ਹਾਂਜੀ ਤੇ ਗੁਰੂ ਸਾਹਿਬ ਦੀ ਕਿਰਪਾ ਦਿੱਲੀ ਕਿੰਨਾ ਸਮੇਂ ਤੁਸੀਂ ਰਹੇ ਤੁਸੀਂ ਆਸਟ੍ਰੇਲੀਆ ਕਦੋਂ ਕਿਹੜੇ ਸਮੇਂ ਤੁਸੀਂ ਰਹੇ ਜੀ ਮੈਂ ਉਹ ਤਕਰੀਬਨ ਇੱਥੇ ਥੋੜ੍ਹਾ ਟਾਈਮ ਹੀ ਰਿਹਾ ਫਿਰ ਇੰਗਲੈਂਡ ਤੋਂ ਆਉਣ ਤੋਂ ਬਾਅਦ ਅੱਛਾ ਠੀਕ ਤੇ ਫਿਰ ਮੈਂ ਉੱਥੇ ਆਸਟ੍ਰੇਲੀਆ ਚਲਾ ਗਿਆ ਸੀ 2008 ਦੇ ਵਿੱਚ ਹਾਂਜੀ ਹਾਂਜੀ ਅਤੇ 2 ਸਾਲਾਂ ਦੇ ਵਿੱਚ ਮੈਂ ਆਪਣੀ ਡਿਗਰੀ ਕੰਪਲੀਟ ਕਰਕੇ ਠੀਕ ਹੈ ਅਤੇ ਨਾਲ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਜੋਬ ਮੈਨੂੰ ਮਿਲ ਗਈ ਆਪਣੀ ਲਾਈਨ ਦੇ ਵਿੱਚ ਹਾਂਜੀ ਜੋ ਮੈਂ ਚਾਹੁੰਦਾ ਸੀ ਠੀਕ ਹੈ ਅਤੇ ਨਾਲ ਹੀ ਜੋਬ ਲੱਗ ਗਈ ਅਤੇ ਬਸ ਉਦੋਂ ਤੋਂ ਫਿਰ ਲਗਾਤਾਰ ਆਪਣੇ ਪ੍ਰੋਫੈਸ਼ਨ ਐਜ਼ ਅ ਆਈਟੀ ਸਪੈਸ਼ਲਿਸਟ ਮੈਂ ਹੁਣ ਕੰਮ ਕਰ ਰਿਹਾ ਆਸਟ੍ਰੇਲੀਆ ਕਿਹੜੀ ਜਗ੍ਹਾ ਹੁੰਦੇ ਤੁਸੀਂ ਦੇਖੋ ਜਿਵੇਂ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਨੱਕ ਨੱਥ ਖਸਮ ਹੱਥ ਧੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਹੈ ਸੋ ਉੱਥੇ ਵੀ ਗੁਰੂ ਸਾਹਿਬ ਨੇ ਇੱਦਾਂ ਵੀ ਇੱਕ ਜਗ੍ਹਾ ਨਹੀਂ ਮੈਂ ਉੱਥੇ ਵੀ ਰਿਹਾ ਸੋ ਮੈਨੂੰ ਜੇ ਅੱਜ ਦੀ ਆਪਾਂ ਜੇ ਗੱਲ ਕਰੀਏ ਅੱਜ ਤੁਸੀਂ ਤੁਹਾਨੂੰ ਜੇ ਪਰਮਿੰਦਰ ਸਿੰਘ ਨੂੰ ਲੱਭਣਾ ਹੋਵੇ ਭਾਈ ਪਰਮਿੰਦਰ ਸਿੰਘ ਨੂੰ ਤਾਂ ਕਿੱਥੇ ਆਸਟ੍ਰੇਲੀਆ ਦੇ ਵਿੱਚੋਂ ਮਿਲ ਸਕਦੇ ਸੋ ਮੈਂ ਅੱਜ ਕੱਲ੍ਹ ਕੈਨਬਰਾ ਰਹਿੰਦਾ ਜੋ ਕਿ ਆਸਟ੍ਰੇਲੀਆ ਦੀ ਰਾਜਧਾਨੀ ਹੈ ਔਰ ਉੱਥੇ ਮੈਂ ਐਜ਼ ਅ ਆਈਟੀ ਸਪੈਸ਼ਲਿਸਟ ਆਪਣਾ ਡਿਪਾਰਟਮੈਂਟ ਆਫ ਫਾਈਨੈਂਸ ਜੋ ਗਵਰਨਮੈਂਟ ਸੈਕਟਰ ਦੇ ਵਿੱਚ ਉੱਥੇ ਜੋਬ ਕਰ ਰਿਹਾ ਅੱਛਾ ਤੁਸੀਂ ਕੀ ਬਾਤ ਹੈ ਯਾਨੀ ਕਿ ਗਵਰਨਮੈਂਟ ਸੈਕਟਰ ਦੇ ਵਿੱਚ ਜੋ ਸਾਡੇ ਜੋ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਗਵਰਨਮੈਂਟ ਸੈਕਟਰ ਦੇ ਵਿੱਚ ਹੈਗੀ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈਗੀ ਕਿ ਆਪਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਤੇ ਕਈ ਲੋਕ ਜੋਬ ਕਰਦੇ ਨੇ ਪਰ ਇੱਕ ਗੁਰਸਿੱਖ ਨੂੰ ਇੱਕ ਇੰਡੀਆ ਦੇ ਰਹਿਣ ਵਾਲੇ ਇੱਕ ਗੁਰਸਿੱਖ ਨੂੰ ਜੇ ਗਵਰਨਮੈਂਟ ਸੈਕਟਰ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜੋਬ ਮਿਲਦੀ ਹੈ ਤੇ ਬੜੀ ਆਪਣੇ ਆਪ ਦੇ ਵਿੱਚ ਇੱਕ ਐਲਜੀਬਿਲਟੀ ਦੀ ਇੱਕ ਬਹੁਤ ਵੱਡੀ ਇੱਕ ਨਿਸ਼ਾਨੀ ਹੈਗੀ ਔਰ ਬਹੁਤ ਵਧੀਆ ਇੱਕ ਜੋ ਪ੍ਰਾਊਡ ਦੀ ਵੀ ਕਾਫੀ ਨਿਸ਼ਾਨੀ ਹੈ ਆਪਾਂ ਸਮਝਾਂਗੇ ਤੇ ਭਾਈ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਇਸੇ ਬਾਰੇ ਹੋਰ ਤੁਹਾਡੇ ਨਾਲ ਥੋੜਾ ਜਿਹਾ ਜਾਣਕਾਰੀ ਕਰਾਂਗੇ ਤੇ ਕਿ ਕੀਰਤਨ ਦੇ ਨਾਲ ਤੁਸੀਂ ਜੋ ਇੱਕ ਜੋ ਤਾਂਗ ਦੇ ਮਨ ਦੇ ਵਿੱਚ ਜੋ ਪੈਦਾ ਹੋਈ ਕੀਰਤਨ ਦੀ ਤੇ ਕਿਸ ਤਰ੍ਹਾਂ ਇੱਕ ਇੰਸਪੀਰੇਸ਼ਨ ਮਾਡਲ ਕੌਣ ਰਿਹਾ ਇੱਕ ਰੋਲ ਮਾਡਲ ਇੱਕ ਹਮੇਸ਼ਾ ਰਹਿੰਦਾ ਹੈ ਕਿ ਕਿਸੇ ਨੂੰ ਦੇਖ ਕੇ ਅਸੀਂ ਕੀਰਤਨ ਸ਼ੁਰੂ ਕਰਦੇ ਹਾਂ ਤੇ ਕੌਣ ਤੁਹਾਡਾ ਇੱਕ ਰੋਲ ਮਾਡਲ ਅਸੀਂ ਮੰਨ ਸਕਦੇ ਹਾਂ ਸੱਚ ਕਹਾਂ ਤੇ ਜਿਵੇਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ ਜੋ ਕੀਰਤਨ ਦੀ ਦਾਤ ਹੈ ਸੰਗਤ ਵਿੱਚੋਂ ਹੀ ਪ੍ਰਾਪਤ ਹੋਈ ਹੈ ਜੋ ਸਾਡੇ ਆਸੇ ਪਾਸੇ ਦਾ ਮਾਹੌਲ ਸੀ ਉਸ ਵੇਲੇ ਉੱਥੋਂ ਜੋ ਲਾਗੇ ਗੁਰਸਿੱਖ ਸਨ ਹੁਣ ਮੈਂ ਨਾਮ ਤਾਂ ਕਿੰਨੇ ਕੀ ਲਵਾਂ ਜਸਪਾਲ ਸਿੰਘ ਜੀ ਹੋ ਗਏ ਜਾਂ ਛਬੀਰ ਸਿੰਘ ਜੋ ਜਲੰਧਰ ਦੇ ਕੀਰਤਨੀਆਂ ਦੇ ਵਿੱਚੋਂ ਬੜੇ ਮਸ਼ਹੂਰ ਹਨ ਉਹਨਾਂ ਦੇ ਨਾਲ ਉਹਨਾਂ ਦੀ ਸੰਗਤ ਦੇ ਨਾਲ ਜਾਂ ਹੋਰ ਕੀਰਤਨੀ ਉਹਨਾਂ ਨਾਲ ਰਲ ਕੇ ਬੈਠ ਕੇ ਸੰਗਤ ਕਰਕੇ ਬੜਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਉਹਨਾਂ ਨਾਲ ਬਹਿ ਕੇ ਔਰ ਮੈਂ ਬਹੁਤ ਖੁਸ਼ਨਸੀਬ ਸਮਝਦਾ ਆਪਣੇ ਆਪ ਨੂੰ ਕਿ ਮੈਨੂੰ ਉਹਨਾਂ ਦੀ ਸੰਗਤ ਮਿਲੀ ਔਰ ਉੱਥੋਂ ਹੀ ਫਿਰ ਅੱਗੇ ਤੋਂ ਅੱਗੇ ਫਿਰ ਵੱਡੇ ਸਮਾਗਮਾਂ ਦੇ ਵਿੱਚ ਉਹਨਾਂ ਨੇ ਲੈ ਕੇ ਜਾਣਾ ਔਰ ਕੀਰਤਨ ਦੀ ਹਾਜ਼ਰੀ ਭਰਨੀ ਔਰ ਫਿਰ ਜਿਵੇਂ ਜਿਵੇਂ ਮੋਟੀਵੇਟ ਕਰਦੇ ਸੀਗੇ ਸਿੰਘ ਤਿਵੇਂ ਤਿਵੇਂ ਅੱਗੇ ਅੱਗੇ ਮੈਂ ਵੀ ਮਿਹਨਤ ਕੋਸ਼ਿਸ਼ ਕਰਦਾ ਕਿ ਨਵੇਂ ਨਵੇਂ ਸ਼ਬਦ ਕਰਕੇ ਜਾਂ ਨਵੀਆਂ ਰੀਤਾਂ ਜਾਂ ਨਵੇਂ ਸੰਗੀਤਕ ਪੱਖੋਂ ਵੀ ਥੋੜ੍ਹੀ ਜਿਹੀ ਪ੍ਰੋਗਰੈਸ ਕਰਾਂ ਔਰ ਇਸ ਤਰ੍ਹਾਂ ਕਰਕੇ ਫਿਰ ਹੌਲੀ 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 ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੋ ਹੈ ਉੱਥੋਂ ਪ੍ਰੋਫੈਸਰ ਪਰਮਜੋਤ ਸਿੰਘ ਜੋ ਕਿ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਹਨ ਗੁਰਸਾਹਿਬ ਦੇ ਚਰਨਾਂ ਜਾ ਬਰਾਜੇ ਹਨ ਉਹਨਾਂ ਕੋਲੋਂ ਮੈਂ ਰਾਗ ਵਿੱਦਿਆ ਲਈ ਔਰ ਰਾਗ ਵਿੱਦਿਆ ਦੇ ਨਾਲ ਸਗੋਂ ਹੋਰ ਵੀ ਜੋ ਗੁਰਬਾਣੀ ਦਾ ਗਿਆਨ ਵੀ ਕਾਫੀ ਉਹਨਾਂ ਕੋਲੋਂ ਮੈਂ ਪ੍ਰਾਪਤ ਕੀਤਾ ਯਾਨੀ ਕਿ ਜੋ ਇੱਕ ਪ੍ਰੋਫੈਸ਼ਨਲ ਟ੍ਰੇਨਿੰਗ ਵੀ ਜਿਹਨੂੰ ਕਹਿੰਦੇ ਆ ਜੋ ਕੀਰਤਨ ਦੀ ਜਾਂ ਸੰਗੀਤ ਦੀ ਅਸੀਂ ਕਹਿ ਲਈਏ ਪ੍ਰੋਫੈਸ਼ਨਲ ਟ੍ਰੇਨਿੰਗ ਵੀ ਤੁਸੀਂ ਜੋ ਕਾਫੀ ਲਿੱਤੀ ਹੈਗੀ
हाँ जी बस कुछ इदां दे सबब कुछ जिवें इदां दे गुरु साहब ने मेल मिलाए गुरसिखां दे नाल कि बस वह हौली हौली गड्डी तुर पई जिवें तुहानूं दस्सिया मैं है ना ते की उदों एक एक जदों उह जदों तुसीं कीर्तन तुसीं संगीत दी तुसीं गल कर रहे सी कि उदों तुसीं संगीत नूं इहदे क्लासिज़ नूं एक हॉबी दे तौर ते ज्वाइन कीता सीगा जां तुहाडा संगीत दे विच क्योंकि जिस हिसाब नाल तुहाडी जो आवाज़ जो बहुत ही जो एक आनंदमई जो आवाज़ तुहाडी हैगी है ते गुरु साहब दी कृपा दे नाल ते उदों वी तुहाडे मन दे विच कोई इहो जिहा कोई फुरना आया सीगा कि ਤੁਸੀਂ ਸ਼ਾਇਦ ਕੀਰਤਨੀ ਦੇ ਪ੍ਰੋਫੈਸ਼ਨ ਦੇ ਵਿੱਚ ਜਾਂ ਕੀਰਤਨੀਏ ਹੀ ਤੁਸੀਂ ਅੱਗੇ ਜਾ ਕੇ ਬਣੋਗੇ ਜਾਂ ਕੀ ਨਾਮ ਹੈ ਜਾਂ ਮਤਲਬ ਪ੍ਰੋਫੈਸ਼ਨਲੀ ਜੋ ਇੱਕ ਗੱਲ ਕਰਦੇ ਹੈਗੇ ਹਾਂ ਅਸੀਂ ਕਿ ਜਾਂ ਤੁਸੀਂ ਉਦੋਂ ਸੋਚਿਆ ਸੀਗਾ ਕਿ ਤੁਸੀਂ ਸਾਰੀ ਜੋਬਸ ਵਗੈਰਾ ਨੂੰ ਛੱਡ ਕੇ ਤੁਸੀਂ ਸਿਰਫ ਕੀਰਤਨ ਦੇ ਦੇ ਵਿੱਚ ਹੀ ਅੱਗੇ ਜਾਓਗੇ ਜਾਂ ਕਿਸ ਤਰ੍ਹਾਂ ਉਦੋਂ ਕੀ ਸੀ ਜ਼ਰੂਰ ਇੱਕ ਸਮਾਂ ਆਇਆ ਸੀ ਐਸਾ ਜਦੋਂ ਮੈਂ ਜਿਵੇਂ ਦੱਸਿਆ ਕਿ ਇੰਗਲੈਂਡ ਜਾਣ ਤੋਂ ਬਾਅਦ ਜਦੋਂ ਮੈਂ ਕੋਸ਼ਿਸ਼ ਕਰ ਰਿਹਾ ਸੀਗਾ ਜੋਬਸ ਦੀ ਔਰ ਮੇਰੇ ਮਨ 'ਚ ਵੀ ਕਿਉਂਕਿ ਕੀਰਤਨ ਰੂਹ ਦੀ ਖੁਰਾਕ ਹੈ ਔਰ ਅਸਲੀ ਜਿਹੜੀ ਤ੍ਰਿਪਤੀ ਹੁੰਦੀ ਹੈ ਉਹ ਕੀਰਤਨ ਦੇ ਨਾਲ ਹੀ ਹੁੰਦੀ ਸੀ ਔਰ ਹੋ ਰਹੀ ਹੈ ਔਰ ਮਾਰੀ ਦੀ ਕਿਰਪਾ ਨਾਲ ਅੱਗੇ ਵੀ ਹੁੰਦੀ ਰਹੇ ਅਤੇ ਮੈਂ ਕੋਸ਼ਿਸ਼ ਕੀਤੀ ਵੀ ਇੱਕ ਸਮਾਂ ਆਇਆ ਸੀ ਐਸਾ ਜਦੋਂ ਮੈਂ ਆਪਣਾ ਇੱਕ ਜਥਾ ਬਣਾ ਕੇ ਕੀਰਤਨ ਐਜ਼ ਅ ਪ੍ਰੋਫੈਸ਼ਨ ਸ਼ੁਰੂ ਕੀਤਾ ਔਰ ਪਰ ਉਹ ਜ਼ਿਆਦਾ ਲੰਬਾ ਸਮਾਂ ਨਹੀਂ ਚੱਲਿਆ ਉਹ ਇਸ ਕਰਕੇ ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੇਰੇ ਪਿਤਾ ਜੀ ਹਮੇਸ਼ਾ ਚਾਹੁੰਦੇ ਸਨ ਕਿ ਮੈਂ ਇੱਕ ਚੰਗੀ ਨੌਕਰੀ 'ਤੇ ਲੱਗਾਂ ਔਰ ਚੰਗਾ ਉਹਨਾਂ ਨੇ ਪੜ੍ਹਾਇਆ ਲਿਖਾਇਆ ਬਹੁਤ ਮਿਹਨਤ ਕਰਕੇ ਅਤੇ ਜਦਕਿ ਮੇਰੀ ਵੀ ਦਿਲੇ ਇੱਛਾ ਸੀਗੀ ਵੀ ਮੈਂ ਉਹਨਾਂ ਦੇ ਸੁਪਨੇ ਪੂਰੇ ਕਰਾਂ ਕੋਸ਼ਿਸ਼ ਕਰਾਂ ਕਿਉਂਕਿ ਮੇਰੇ ਕਿਉਂਕਿ ਇਸ ਤਰ੍ਹਾਂ ਹੀ ਹੁੰਦਾ ਕਿ ਜਿਸ ਤਰ੍ਹਾਂ ਜਦੋਂ ਆਪਾਂ ਬਚਪਨ ਦੇ ਵਿੱਚ ਆਪਾਂ ਜਦੋਂ ਛੋਟੇ ਹੁੰਦੇ ਹਾਂ ਅਤੇ ਸੰਗਤ ਵੱਲੋਂ ਜਦੋਂ ਬਹੁਤ ਪਿਆਰ ਮਿਲਦਾ ਹੈਗਾ ਕਿ ਜੀ ਬਹੁਤ ਅੱਛਾ ਤੁਸੀਂ ਕੀਰਤਨ ਕਰਦੇ ਹੋ ਅਤੇ ਉਦੋਂ ਬੰਦਾ ਸੋਚਦਾ ਹੀ ਹੈ ਔਰ ਤੁਸੀਂ ਦੱਸਿਆ ਕਿ ਇੰਗਲੈਂਡ ਦੇ ਵਿੱਚ ਤੁਸੀਂ ਜਾਂ ਬੰਦੇ ਨੂੰ ਜੋਬ ਵਗੈਰਾ ਦੀ ਜਾਂ ਟਰਾਈ ਕਰਨ ਦੇ ਬਾਅਦ ਵੀ ਨਹੀਂ ਮਿਲ ਰਹੀ ਹੁੰਦੀ ਅਤੇ ਬੰਦਾ ਸੋਚਦਾ ਕਿ ਚਲੋ ਛੱਡੋ ਯਾਰ ਪੜ੍ਹਾਈ ਨੂੰ ਅਤੇ ਆਪਾਂ ਇਸ ਕੰਮ ਦੇ ਵਿੱਚ ਥੋੜ੍ਹਾ ਅੱਗੇ ਵੱਧ ਲਈਏ ਅਤੇ ਪਰਿਵਾਰ ਦੇ ਨਾਲ ਜਦੋਂ ਉਦੋਂ ਜਿਸ ਤਰ੍ਹਾਂ ਉਦੋਂ ਤੁਸੀਂ ਦੱਸਿਆ ਕਿ ਤੁਸੀਂ ਜੱਥਾ ਵੀ ਆਪਣਾ ਤੁਸੀਂ ਬਣਾਇਆ ਸੀਗਾ ਅਤੇ ਪਰਿਵਾਰ ਦੇ ਵੱਲੋਂ ਕਿਸ ਤਰੀਕੇ ਉਹ ਪਰਿਵਾਰ ਵੱਲੋਂ ਕਿਸ ਤਰੀਕੇ ਤੁਹਾਨੂੰ ਥੋੜ੍ਹਾ ਜਿਹਾ ਜੋ ਕੀ ਡਿਫੀਕਲਟੀਜ਼ ਉਦੋਂ ਆਈਆਂ ਕਿ ਪਰਿਵਾਰ ਵੱਲੋਂ ਵੀ ਉਦੋਂ ਕਿਹਾ ਜਾਂਦਾ ਸੀਗਾ ਕਿ ਨਹੀਂ ਤੁਸੀਂ ਪੜ੍ਹਾਈ ਦੀਵਾਲੀ ਜਾਓ ਜਾਂ ਕਿਸ ਤਰ੍ਹਾਂ ਬਿਲਕੁਲ ਪਰਿਵਾਰ ਵਾਲੇ ਹਮੇਸ਼ਾ ਹੀ ਚਾਹੁੰਦੇ ਸਨ ਕਿ ਮੈਂ ਇੱਕ ਚੰਗੀ ਨੌਕਰੀ 'ਤੇ ਲੱਗਾਂ ਜਾਂ ਚੰਗਾ ਕੋਈ ਇਸ ਪਾਸੇ ਆਪਣੀ ਲਾਈਨ ਵਿੱਚ ਜਾਵਾਂ ਅਤੇ ਹੌਲੀ ਹੌਲੀ ਮੈਨੂੰ ਵੀ ਅਹਿਸਾਸ ਹੋ ਗਿਆ ਸੀਗਾ ਕਿ ਜੋ ਕੀਰਤਨ ਦਾ ਜੋ ਰਸ ਹੈ ਜੋ ਕੀਰਤਨ ਦਾ ਆਨੰਦ ਹੈ ਉਹ ਸੰਗਤੀ ਰੂਪ ਦੇ ਵਿੱਚ ਜੋ ਅਸੀਂ ਜਥੇ ਦੇ ਵਿੱਚ ਕੀਰਤਨ ਕਰਦੇ ਹਾਂ ਉਹ ਵਧੇਰੇ ਮਹਿਸੂਸ ਹੁੰਦਾ ਇਸ ਚੀਜ਼ ਨੂੰ ਮੈਂ ਬੜਾ ਮਹਿਸੂਸ ਕੀਤਾ ਔਰ ਮੇਰਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੇ ਜਥੇ ਕਰਦੇ ਜਿਹੜੇ ਆਪਣੇ ਜਥੇ ਬਣਾ ਕੇ ਕੀਰਤਨੀ ਸਿੰਘ ਕੀਰਤਨ ਕਰਦੇ ਹਨ ਉਹ ਰਸ ਤੋਂ ਵਾਂਝੇ ਉਹ ਵੀ ਮੁਬਾਰਕ ਹੈ ਬਿਲਕੁਲ ਬਹੁਤ ਸਤਿਕਾਰ ਬਹੁਤ ਸਤਿਕਾਰ ਯੋਗ ਹਨ ਸਾਰੇ ਪਰ ਜੋ ਮੈਂ ਆਪਣੀ ਦਿੱਲੀ ਜੋ ਮੈਂ ਦੱਸਦਾ ਆਪਣੀ ਪਰਸਨਲ ਕਿ ਮੈਨੂੰ ਲੱਗਾ ਸੀਗਾ ਵੀ ਇਸ ਜੋ ਵਧੇਰੇ ਰਸ ਉਹ ਸੰਗਤੀ ਰੂਪ ਦੇ ਵਿੱਚ ਔਰ ਉੱਥੋਂ ਬੜੀਆਂ ਬਖਸ਼ਿਸ਼ਾਂ ਬੜੀਆਂ ਦਾਤਾਂ ਉੱਥੋਂ ਮਿਲੀਆਂ ਹਨ ਅਤੇ ਮੈਂ ਮੇਰੀ ਵੀ ਇੱਛਾ ਸੀ ਕਿ ਮੈਂ ਜਿਵੇਂ ਗੁਰੂ ਸਾਹਿਬ ਦਾ ਉਪਦੇਸ਼ ਹੈਗਾ ਕਿਰਤ ਕਰਨਾ ਨਾਮ ਜਪਣਾ ਵੰਡ ਛਕਣਾ ਬਿਲਕੁਲ ਬਿਲਕੁਲ ਅਤੇ ਹੱਥੀਂ ਕਿਰਤ ਵੀ ਕਮਾਈ ਜਾਵੇ ਔਰ ਜਿਵੇਂ ਮੈਂ ਦੱਸਿਆ ਸਾਡੇ ਪੇਰੈਂਟਸ ਦੇ ਨਾਮ ਵੀ ਜਪਿਆ ਜਾਵੇ ਹਾਂਜੀ ਅਤੇ ਉਹ ਉਸ ਚੀਜ਼ ਨੂੰ ਬਸ ਫੋਕਸ ਸੀਗਾ ਔਰ ਬਸ ਜਿੱਥੇ ਚਾਹ ਉੱਥੇ ਰਾਹ ਜਿਵੇਂ ਮਹਾਰਾਜ ਨੇ ਰਾਹ ਆਪ ਬਣਾਏ ਹੌਲੀ ਹੌਲੀ ਇੱਕ ਤੋਂ ਬਾਅਦ ਇੱਕ ਦਾਤਾਂ ਸਾਰੀਆਂ ਮਹਾਰਾਜ ਨੇ ਦਿੱਤੀਆਂ ਹਨ ਜਿਵੇਂ ਮੈਂ ਤੁਹਾਨੂੰ ਦੱਸਿਆ ਹੁਣ ਜੋਬ ਵੀ ਮਹਾਰਾਜ ਸਾਹਿਬ ਨੂੰ ਮਹਾਰਾਜ ਦੀ ਕਿਰਪਾ ਨਾਲ ਵਧੀਆ ਜੋਬ 'ਤੇ ਲੱਗੇ ਹਾਂ ਔਰ ਨਾਲ ਨਾਲ ਕੀਰਤਨ ਦੀ ਸੇਵਾ ਗੁਰੂ ਸਾਹਿਬ ਆਪ ਹੀ ਲੈਂਦੇ ਹਨ ਅਤੇ ਹਾਂਜੀ ਅਤੇ ਬਿਲਕੁਲ ਜੋ ਅਸੀਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਮੈਂ ਭਾਈ ਸਾਹਿਬ ਬਹੁਤ ਹੀ ਜੋ ਵਧੀਆ ਐਕਸਪੀਰੀਅੰਸ ਤੁਸੀਂ ਆਪਣਾ ਜੋ ਸ਼ੇਅਰ ਕਰ ਰਹੇ ਹੋ ਅਤੇ ਅਸੀਂ ਥੋੜ੍ਹਾ ਇੱਥੇ ਥੋੜ੍ਹਾ ਪੁੱਛਣਾ ਚਾਹਾਂਗੇ ਕਿ ਕੀਰਤਨ ਦੀ ਤੁਸੀਂ ਗੱਲਬਾਤ ਕੀਤੀ ਕਿਤੇ ਅਤੇ ਕੀਰਤਨ ਦੇ ਵਿੱਚ ਤੁਸੀਂ ਜੋ ਪ੍ਰੋਫੈਸ਼ਨਲ ਟ੍ਰੇਨਿੰਗ ਵੀ ਲਿੱਤੀ ਸੀਗੀ ਅਤੇ ਕਿਹੜੇ ਕਿਹੜੇ ਇੰਸਟਰੂਮੈਂਟ ਅਸੀਂ ਹਾਰਮੋਨੀਅਮ ਅਤੇ ਤੁਸੀਂ ਸਿਰਫ ਹਾਰਮੋਨੀਅਮ ਜਾਂ ਕਿਹੜੇ ਕਿਹੜੇ ਇੰਸਟਰੂਮੈਂਟ ਤੁਸੀਂ ਵਜਾ ਲੈਂਦੇ ਕਿਉਂਕਿ ਪਿੱਛੇ ਅਸੀਂ ਥੋੜ੍ਹਾ ਜਿਹਾ ਸੁਣਿਆ ਸੀਗਾ ਕਿ ਆਪ ਜੀ ਗਿਟਾਰ ਦੇ ਵਿੱਚ ਵੀ ਕਾਫੀ ਇੱਕ ਸ਼ਬਦ ਜੋ ਯੂਟਿਊਬ ਦੇ ਵਿੱਚ ਕਾਫੀ ਜੋ ਇੱਕ ਜੋ ਬੜਾ ਹੀ ਜੋ ਵਿਖਿਆਤ ਹੋਇਆ ਸੀਗਾ ਵਟਸਐਪ ਰਾਹੀਂ ਵੀ ਕਾਫੀ ਸ਼ੇਅਰ ਹੋਇਆ ਸੀਗਾ ਅਤੇ ਹੋਰ ਕਿਹੜੇ ਕਿਹੜੇ ਇੰਸਟਰੂਮੈਂਟ ਤੁਸੀਂ ਕੀ ਹਾਰਮੋਨੀਅਮ ਤੋਂ ਇਲਾਵਾ ਜਾਣਦੇ ਜੀ ਜੋ ਕਿ ਸ਼ੌਂਕ ਤੋਂ ਸ਼ੁਰੂ ਤੋਂ ਸੀਗਾ ਹੈ ਨਾ ਇਹਨਾਂ ਚੀਜ਼ਾਂ ਦਾ ਔਰ ਹੌਲੀ ਹੌਲੀ ਇਸ ਸਕਿੱਲ ਨੂੰ ਡਿਵੈਲਪ ਕਰਨ ਦੀ ਜਿਵੇਂ ਮਹਾਰਾਜ ਨੇ ਸਬੱਬ ਵੀ ਹੌਲੀ ਹੌਲੀ ਆਪ ਹੀ ਬਣਾਏ ਜਿਵੇਂ ਮੈਂ ਜੋ ਦਿੱਲੀ ਰਹਿੰਦਾ ਸੀਗਾ ਉਦੋਂ ਮੇਰੇ ਨਾਲ ਜਿਹੜਾ ਰੂਮ ਪਾਰਟਨਰ ਸੀਗਾ ਉਹ ਇੱਕ ਕ੍ਰਿਸਚਨ ਸੀਗਾ ਔਰ ਉਹ ਗਿਟਾਰ ਵਜਾਉਂਦਾ ਸੀ ਮੈਨੂੰ ਉਹਦੇ ਵੱਲ ਦੇਖ ਕੇ ਥੋੜ੍ਹੀ ਜਿਹੀ ਲਾਗ ਲੱਗੀ ਔਰ ਮੈਂ ਉਹਨਾਂ ਕੋਲੋਂ ਗਿਟਾਰ ਦੇ ਲੈਸਨ ਲੈਂਦਾ ਸੀ ਠੀਕ ਹੈ ਯਾਨੀ ਗਿਟਾਰ ਤੁਸੀਂ ਦਿੱਲੀ ਆ ਕੇ ਸਿੱਖਿਆ ਆਪਾਂ ਕਹਿ ਸਕਦੇ ਹਾਂਜੀ ਥੋੜ੍ਹਾ ਜਿਹਾ ਉਹਦੇ ਕੋਲੋਂ ਸਿੱਖਿਆ ਔਰ ਫਿਰ ਵਾਇਲਨ ਸਿੱਖਣ ਦੀ ਜੋ ਇੱਛਾ ਸੀ ਉਹ ਵੀ ਮਹਾਰਾਜ ਨੇ ਪੂਰੀ ਕੀਤੀ ਉਹ ਜਲੰਧਰ ਹੀ ਇੱਕ ਪੂਰੀ ਸਾਹਿਬ ਜੋ ਵਾਇਲਨ ਸਥਾਨ ਉਹਨਾਂ ਕੋਲੋਂ ਮੈਂ ਥੋੜ੍ਹੀ ਜਿਹੀ ਵਿੱਦਿਆ ਲਈ ਵਾਇਲਨ ਦੀ ਔਰ ਜਿਵੇਂ ਦੱਸਿਆ ਪ੍ਰੋਫੈਸਰ ਪਰਮਜੋਤ ਸਿੰਘ ਉਹਨਾਂ ਕੋਲੋਂ ਰਾਗ ਵਿੱਦਿਆ ਲਈ ਅਤੇ ਬਾਕੀ ਇੰਸਟਰੂਮੈਂਟ ਜਿਵੇਂ ਉਹ ਕੀਬੋਰਡ ਵਗੈਰਾ ਉਹ ਫਿਰ ਹੌਲੀ ਹੌਲੀ ਜਿਵੇਂ ਆਪ ਹੀ ਕੋਸ਼ਿਸ਼ ਕਰਕੇ ਹਾਂ ਅਤੇ
ਬਾਕੀ ਜਿਹੜੇ ਸਟ੍ਰਿੰਗ ਇੰਸਟਰੂਮੈਂਟਸ ਨੇ ਉਸ ਤਕਰੀਬਨ ਥੋੜ੍ਹਾ ਬਹੁਤ ਫਰਕ ਹੁੰਦਾ ਜੇ ਤੁਸੀਂ ਵਜਾ ਲੈਂਦੇ ਹੋ, ਬਾਕੀ ਉਹ ਮਿਹਨਤ ਦੇ ਨਾਲ ਤੁਸੀਂ ਅੱਗੇ ਉਹਨੂੰ ਨਿਖਾਰ ਸਕਦੇ ਹੋ। ਬਿਲਕੁਲ ਬਿਲਕੁਲ, ਕਿਉਂਕਿ ਬੜਾ ਹੀ ਡਿਫਰੈਂਸ ਹੈਗਾ, ਕਿਉਂਕਿ ਦਾਸ ਆਪ ਵੀ ਵਜਾਉਂਦਾ ਰਿਹਾ ਹੈਗਾ, ਕਿਉਂਕਿ ਸਟ੍ਰਿੰਗ ਇੰਸਟਰੂਮੈਂਟ ਨੂੰ ਸਿੱਖਣਾ ਔਰ ਇੱਕ ਜੋ ਕੀਜ਼ ਵਾਲੇ ਇੰਸਟਰੂਮੈਂਟ ਨੂੰ ਸਿੱਖਣਾ, ਦੋਨਾਂ ਵਿੱਚ ਆਪਣੇ ਆਪ ਦੇ ਵਿੱਚ ਇੱਕ ਬੜਾ ਹੀ ਡਿਫਰੈਂਸ ਹੈਗਾ, ਅਤੇ ਉਹਦੇ ਵਾਸਤੇ ਵੀ ਜੋ ਜਿੱਥੋਂ ਤੱਕ ਮੇਰੀ ਸਮਝ ਹੈ ਕਿ ਸ਼ਾਇਦ ਸਟ੍ਰਿੰਗ ਇੰਸਟਰੂਮੈਂਟਸ ਨੂੰ ਜ਼ਿਆਦਾ ਰਿਆਜ਼ ਦੀ ਲੋੜ ਹੈਗੀ ਆ, ਅਤੇ ਉਹਦੇ ਵਾਸਤੇ ਵੀ ਤੁਸੀਂ ਬਹੁਤ ਤੁਸੀਂ ਵਧੀਆ ਸਮਾਂ ਕੱਢਦੇ ਰਹੇ, ਅਤੇ ਬਹੁਤ ਯਾਨੀ ਕਿ ਇੱਕ ਨਯਾਪਨ ਵੀ ਕੀਰਤਨ ਦੇ ਵਿੱਚ ਆਇਆ, ਅਤੇ ਇਹ ਤੁਸੀਂ ਜੋ ਸ਼ਬਦ ਤੁਹਾਡਾ ਜੋ ਕਾਫੀ ਵਟਸਐਪ ਦੇ ਵਿੱਚ ਜੋ ਕਾਫੀ ਪਾਪੂਲਰ ਹੋਇਆ ਸੀਗਾ, ਅਤੇ ਜੋ ਗਿਟਾਰ ਦੇ ਵਿੱਚ ਆਪ ਜੀ ਨੇ ਜੋ ਪਲੇ ਕੀਤਾ ਸੀਗਾ, ਅਤੇ ਉਹਦੇ ਵਿੱਚ ਇੱਕ ਜੋ ਕਾਫੀ ਸੰਗਤਾਂ ਨੂੰ ਪਸੰਦ ਕੀਤਾ ਗਿਆ, ਕੀਰਤਨ ਦੇ ਵਿੱਚ ਇੱਕ ਨਿਵੇਕਲਾਪਨ ਥੋੜ੍ਹਾ ਜਿਹਾ ਆਇਆ ਸੀਗਾ, ਅਤੇ ਬਹੁਤ ਹੀ ਵਧੀਆ ਜੋ ਇੱਕ ਪੁਆਇੰਟ ਸੀਗਾ ਤੁਹਾਡਾ। ਸੰਗਤ ਜੀ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਭਾਈ ਪਰਮਿੰਦਰ ਸਿੰਘ ਜੀ ਨਾਲ ਅਸੀਂ ਜੁੜਾਂਗੇ, ਤੁਸੀਂ ਵੇਖਦੇ ਰਹੋ ਪ੍ਰੋਗਰਾਮ ਗਿਆਨ ਦੀ ਸਾਂਝ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਸੀਗੇ ਪ੍ਰੋਗਰਾਮ ਗਿਆਨ ਦੀ ਸਾਂਝ, ਅਸੀਂ ਜੁੜੇ ਸੀਗੇ ਭਾਈ ਪਰਮਿੰਦਰ ਸਿੰਘ ਜੀ ਨਾਲ ਆਸਟ੍ਰੇਲੀਆ ਵਾਲੇ, ਅਸੀਂ ਉਹਨਾਂ ਨਾਲ ਅਸੀਂ ਹੋਰ ਗੱਲਾਂ ਬਾਤਾਂ ਅੱਗੇ ਤੋਰਦੇ ਹਾਂ, ਅਤੇ ਉਸ ਤੋਂ ਇਲਾਵਾ ਅਸੀਂ ਗੱਲਬਾਤ ਕਰਦੇ ਹੈਗੇ ਹਾਂ ਕਿ ਜੋ ਕੀਰਤਨ ਦੇ ਬਾਰੇ ਤੁਸੀਂ ਗੱਲ ਕੀਤੀ ਕਿ ਕਿਸ ਤਰ੍ਹਾਂ ਤੁਸੀਂ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਤੁਸੀਂ ਆਏ, ਪਰਿਵਾਰ 'ਚ ਅਸੀਂ ਗੱਲ ਕਰਦੇ ਹਾਂ, ਅੱਜ ਪਰਿਵਾਰ ਦੇ ਵਿੱਚ ਕੌਣ ਹੈਗਾ? ਜਿਵੇਂ ਮੈਂ ਦੱਸਿਆ ਕਿ ਇੱਕ ਤੋਂ ਬਾਅਦ ਇੱਕ ਦਾਤਾਂ ਗੁਰੂ ਸਾਹਿਬ ਆਪੇ ਹੀ ਦੇਈ ਜਾ ਰਹੇ, ਦਿਨ ਦਾ ਦੇ ਲੈਂਦੇ ਥੱਕ ਪਾਏ, ਮੈਂ ਕਿੰਨਾ ਕੁ ਸ਼ੁਕਰ ਕਰਾਂ ਕਹਿ ਨਹੀਂ ਸਕਦਾ। ਪਰਿਵਾਰ ਦੇ ਵਿੱਚ ਮੈਨੂੰ ਮੇਰੀ ਸਿੰਘਣੀ, ਦੋ ਬੱਚੇ, ਦੋ ਬੇਟੀਆਂ ਹਨ, ਇੱਕ ਦੀ ਉਮਰ ਹੁਣ 4 ਸਾਲ ਹੈ, ਇੱਕ ਦੀ 4 ਕੁ ਮਹੀਨੇ ਹੈ, ਅਜੇ ਛੋਟੀ ਹੈ। ਠੀਕ ਹੈ, ਕਿਆ ਬਾਤ ਹੈ ਜੀ। ਅਤੇ ਮੈਂ ਬਹੁਤ ਸ਼ੁਕਰ ਰੀਸੈਂਟਲੀ ਵਧਾਈਆਂ ਤੁਹਾਡੇ ਵਾਸਤੇ। ਹਾਂਜੀ, ਥੈਂਕ ਯੂ ਜੀ। ਅਤੇ ਮੇਰੀ ਸਿੰਘਣੀ ਵੀ ਕੀਰਤਨ ਕਰਦੀ, ਉਹਨਾਂ ਦਾ ਸਾਰਾ ਪਰਿਵਾਰ ਕੀਰਤਨ ਕਰਦਾ, ਅਤੇ ਬੱਚਿਆਂ ਨੂੰ ਵੀ ਮੇਰੀ ਕੋਸ਼ਿਸ਼ ਹੈ ਕਿ ਇਸ ਪਾਸੇ ਹੌਲੀ ਹੌਲੀ ਜੋ ਕੀਰਤਨ ਵੱਲ ਔਰ ਸੰਗਤ ਵੱਲ ਹੌਲੀ ਹੌਲੀ ਇੱਧਰ ਪ੍ਰੇਰਨਾ ਦਿੱਤੀ ਜਾਵੇ। ਅਤੇ ਹੋਰ ਅਸੀਂ ਜੇ ਕੀਰਤਨ ਵੱਲ ਤੁਸੀਂ ਜੋ ਦੱਸਿਆ ਕਿ ਵੱਧ ਰਹੇ ਹੋ ਕਿ ਸਿੰਘਣੀ ਵੀ ਤੁਹਾਡੀ ਜੋ ਪਰਿਵਾਰ ਜੋ ਕੀਰਤਨ ਨਾਲ ਜੁੜਿਆ ਹੋਏ ਆ, ਬੱਚਿਆਂ ਨਾਲ ਵੀ ਤੁਸੀਂ ਕਹਿ ਰਹੇ ਹੋ ਕਿ ਵਧਾਉਣ ਦੀ ਲੋੜ, ਤੁਸੀਂ ਉਹਨਾਂ ਨੂੰ ਜੋੜੋਗੇ। ਜੇ ਆਪਾਂ ਜੇ ਗੱਲਬਾਤ ਕਰੀਏ, ਆਸਟ੍ਰੇਲੀਆ ਤੁਸੀਂ ਰਹਿੰਦੇ ਹੈਗੇ, ਆਸਟ੍ਰੇਲੀਆ ਦੇ ਕੈਪੀਟਲ ਦੇ ਵਿੱਚ ਤੁਸੀਂ ਰਹਿੰਦੇ ਹੋ, ਉੱਧਰ ਦੇ ਜੇ ਆਪਾਂ ਜੋ ਯੂਥ ਦੀ ਗੱਲ ਕਰੀਏ, ਉੱਧਰ ਦੇ ਬੱਚਿਆਂ ਦੀ ਗੱਲ ਕਰੀਏ, ਅਤੇ ਕੀ ਉੱਧਰ ਦੇ ਸਕੂਲਸ ਦੇ ਵਿੱਚ ਵੀ ਕਿਤੇ ਕੀਰਤਨ ਨੂੰ ਤਵੱਜੋ ਦਿੱਤੀ ਜਾਂਦੀ ਹੈ, ਜਾਂ ਕਿਸ ਤਰੀਕੇ ਦੇ ਸਕੂਲਸ, ਕੀ ਉੱਥੇ ਗੁਰਸਿੱਖ ਸਕੂਲਸ ਹੈਗੇ ਨੇ ਜਿੱਥੇ ਕੀਰਤਨ ਦੇ ਬਾਰੇ ਜਾਂ ਪੰਜਾਬੀ ਬਾਰੇ ਗੱਲ ਕੀਤੀ ਜਾਂਦੀ ਹੈ? ਕਿਉਂਕਿ ਆਸਟ੍ਰੇਲੀਆ ਦੇ ਵਿੱਚ ਜੋ ਆਮਦ ਹੋਈ ਹੈ ਪ੍ਰਵਾਸੀ ਪੰਜਾਬੀਆਂ ਦੀਆਂ, ਹੈ ਤਾਂ ਬਹੁਤ ਪੁਰਾਣੀ, ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹਨਾਂ ਓਨਾ ਜ਼ਿਆਦਾ ਉਸ ਚੀਜ਼ ਨੂੰ ਸਾਂਭਿਆ ਨਹੀਂ ਹੈ, ਜੋ ਸਿੱਖੀ ਨੂੰ, ਆਪਣੀ ਪੰਜਾਬੀਅਤ ਨੂੰ। ਪਤਾ ਜਿਵੇਂ UK ਦੇ ਵਿੱਚ ਜਾਂ ਅਸੀਂ ਕੈਨੇਡਾ ਦੇ ਵਿੱਚ ਦੇਖਦੇ ਹਾਂ, ਉੱਥੇ ਦੇ ਹਜੇ ਸੰਗਤ ਇਸਟੈਬਲਿਸ਼ਡ ਹੈ ਪੂਰੀ, ਔਰ ਉੱਥੇ ਦੀ ਅਗਲੀ ਜਨਰੇਸ਼ਨ ਅਸੀਂ ਦੇਖਦੇ ਹਾਂ ਸੰਗਤ ਵਿੱਚ ਕਿਵੇਂ ਉਤਸ਼ਾਹ ਦੇ ਨਾਲ ਜੁੜੇ ਹੋਏ ਲੋਕ ਜੋ ਕਾਫੀ ਹੈਗੇ। ਸੋ ਆਸਟ੍ਰੇਲੀਆ ਦੇ ਵਿੱਚ ਹਜੇ ਇਸ ਚੀਜ਼ ਦਾ ਜੋ ਹੈਗਾ ਰੁਝਾਨ ਹਜੇ ਨਵਾਂ ਹੀ ਹੈ, ਤੋ ਹਜੇ ਸ਼ੁਰੂਆਤ ਹੈ ਇੱਕ ਤਰ੍ਹਾਂ ਦੀ, ਹਜੇ ਉਸ ਲੈਵਲ 'ਤੇ ਪਹੁੰਚਦਿਆਂ ਸਾਨੂੰ ਟਾਈਮ ਲੱਗਣਾ, ਜਦੋਂ ਕਿ ਸਕੂਲ ਖਾਲਸਾ ਸਕੂਲ ਜਿਵੇਂ ਹਜੇ ਉਹਨਾਂ ਦੇ ਉਪਰਾਲੇ ਚੱਲ ਰਹੇ ਆ, ਕੋਸ਼ਿਸ਼ ਪ੍ਰੋਜੈਕਟ ਹੈਗੀ ਆ, ਔਰ ਸਿਡਨੀ ਇੱਕ ਪ੍ਰੋਜੈਕਟ ਜੋ ਖਾਲਸਾ ਸਕੂਲ ਦਾ ਹੈਗਾ ਉਹ ਚੱਲ ਰਿਹਾ ਨਾਲ ਨਾਲ, ਅਤੇ ਉਹ ਛੇਤੀ ਹੀ ਉਮੀਦ ਹੈ ਕਿ ਉਹ ਛੇਤੀ ਹੋਵੇਗਾ, ਅਤੇ ਉਹਦੇ ਨਾਲ ਜਦੋਂ ਹੋਰ ਵੀ ਜਿਹੜੇ ਸਟੇਟਸ ਨੇ ਜੋ ਮੈਲਬਰਨ ਦੇ ਵਿੱਚ, ਕੈਨਬਰਾ ਦੇ ਵਿੱਚ ਸੰਗਤ ਹੌਲੀ ਹੌਲੀ ਗਰੋ ਹੋ ਰਹੀ ਹੈ ਵੱਧ ਤੋਂ ਵੱਧ, ਅਤੇ ਸੰਗਤ ਉੱਥੇ ਕੈਨਬਰਾ ਦੇ ਵਿੱਚ ਵੀ ਬੱਚਿਆਂ ਦੀ ਹਜੇ ਕਲਾਸ ਸ਼ੁਰੂ ਹੋ ਰਹੀ ਹੈ ਕੀਰਤਨ ਦੀ, ਸੋ ਦਾਸ ਵੀ ਹੌਲੀ ਹੌਲੀ ਉਹਦੇ ਵਿੱਚ ਸ਼ਮੂਲੀਅਤ ਕਰਦਾ, ਕੋਸ਼ਿਸ਼ ਹੁੰਦੀ ਹੈ ਕਿ ਜਿਵੇਂ ਬੱਚਿਆਂ ਨੂੰ ਕੀਰਤਨ ਸਿਖਾਇਆ ਜਾਵੇ। ਬਿਲਕੁਲ, ਕਿਉਂਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਨਾ, ਕਿਉਂਕਿ ਜੇ ਆਪਾਂ ਜੇ ਵਿਦਿਆ ਨੂੰ ਜਦੋਂ ਵਿਚਾਰਾਂਗੇ ਨਹੀਂ ਤੇ ਉਹ ਕੀ ਉਹਦਾ ਫਾਇਦਾ, ਇੱਕ ਪਰਉਪਕਾਰ ਦਾ ਪੇੜ ਹੈ। ਤੇ ਅੱਛਾ, ਇੱਕ ਜੋ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਦੇਖਣ ਨੂੰ ਜਾਂਦਾ ਕਿ ਤੁਸੀਂ ਵੀ ਗੱਲ ਕੀਤੀ ਕਿ ਬਈ ਬੜਾ ਇੱਕ ਰਿਵਾਜ਼ ਸੀਗਾ ਪੰਜਾਬ ਦੇ ਵਿੱਚ ਓਵਰਸੀਜ਼ ਜਾਣ ਦਾ, ਤੇ ਪਰ ਜੋ ਤੁਹਾਡੇ ਵਿੱਚ ਹੋਰ ਮੈਂ ਕਈ ਸਿੰਘਾਂ ਦੇ ਵਿੱਚ ਜੋ ਇੱਕ ਡਿਫਰੈਂਸ ਦੇਖਦਾ ਵਾਂ, ਅੱਜ ਕੱਲ੍ਹ ਦੇ ਜੋ ਬੱਚੇ, ਅੱਜ ਕੱਲ੍ਹ ਵੀ ਓਵਰਸੀਜ਼ ਜਾਣ ਦਾ ਰਿਵਾਜ਼ ਕਾਫੀ ਟਾਈਮ ਤੋਂ ਹੀ ਹੈਗਾ, ਤੇ ਪਰ ਅੱਜ ਕੱਲ੍ਹ ਦੇ ਬੱਚੇ ਅਸੀਂ ਦੇਖਣ ਚਾਹੁੰਦੇ ਹਾਂ ਕਿ ਜੋ UK, ਕੈਨੇਡਾ, ਆਸਟ੍ਰੇਲੀਆ ਜੋ ਵੀ ਜਾਣਾ ਚਾਹੁੰਦਾ ਹੈਗਾ, ਜਾਣ ਤੋਂ ਪਹਿਲੇ ਆਪਣੇ ਕੇਸਾਂ ਦਾ ਕਤਲ ਕਰਾਉਂਦੇ ਨੇ। ਬੜਾ ਹੀ ਜੋ ਇੱਕ ਕਾਂਡ ਸਾਡੀ ਸਿੱਖ ਕੌਮ ਦੇ ਨਾਲ ਇੱਕ ਹੁੰਦਾ ਪਿਆ ਹੈਗਾ, ਪਰ ਬੜਾ ਹੀ ਮੁਬਾਰਕ ਹੈ ਕਿ ਬੜਾ ਹੀ ਗੁਰੂ ਸਾਹਿਬ ਦਾ ਧੰਨਵਾਦ ਹੈ ਕਿ ਤੁਸੀਂ ਸਾਬਤ ਸੂਰਤ ਹੋ, ਨਾਲ ਅੰਮ੍ਰਿਤ ਦੀ ਦਾਤ ਵੀ ਆਪ ਜੀ ਨੂੰ ਪ੍ਰਾਪਤ ਹੈ, ਔਰ ਬਹੁਤ ਹੀ ਜੋ ਇੱਕ ਵਧੀਆ ਆਨੰਦਮਈ ਕੀਰਤਨ ਆਪ ਜੀ ਸੰਗਤ ਨੂੰ ਸ਼ਰਵਣ ਕਰਾਉਂਦੇ ਹੋ,
ਤੇ ਪਰ ਉਹਨਾਂ ਵੀਰਾਂ ਦੇ ਨਾਲ ਤੁਸੀਂ ਜੋ ਤੁਸੀਂ ਵੀ ਆਸਟ੍ਰੇਲੀਆ ਰਹਿੰਦੇ ਹੋ, ਤੁਸੀਂ ਜੋ ਉੱਥੇ ਰਹਿੰਦੇ ਹੋ ਕੈਪੀਟਲ ਦੇ ਵਿੱਚ ਰਹਿੰਦੇ ਹੋ, ਤੇ ਕਿਸ ਤਰੀਕੇ ਤੁਸੀਂ ਉਹਨਾਂ ਨੂੰ ਕੀ ਤੁਹਾਨੂੰ ਪੰਜਾਬ ਦੇ ਜੋ ਨੌਜਵਾਨ ਮਿਲਦੇ ਨੇ ਤੇ ਕੀ ਉਹਨਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ ਹੈ, ਕਿ ਉਹ ਪਤਿਤ ਸਿੰਘ ਹੀ ਸਾਨੂੰ ਜ਼ਿਆਦਾਤਰ ਜੋ ਦੇਖਣ 'ਚ ਆ ਰਹੇ ਆ ਜਾਂ ਕਿਆ ਸਭ ਸੂਰਤ ਵੀ ਸਿੰਘ ਉੱਥੇ ਆ ਰਹੇ ਨੇ? ਮੈਨੂੰ ਜੋ ਲੱਗਦਾ ਕਿ ਇਹ ਕਮੀ ਸਾਡੇ ਅੰਦਰ ਹੀ ਹੈ, ਸਾਡੇ ਪਰਿਵਾਰਾਂ ਦੇ ਅੰਦਰ ਹੀ ਹੈ ਕਿ ਅਸੀਂ ਡੋਲ ਜਾਂਦੇ ਹਾਂ ਅਤੇ ਆਪਣੇ ਗੁਰਸਿੱਖੀ ਤੋਂ ਅਸੀਂ ਮੁਨਕਰ ਹੋ ਜਾਂਦੇ ਹਾਂ। ਪਰ ਜਿਵੇਂ ਕਿ ਮੈਂ ਆਪ ਜੀ ਨੂੰ ਅੱਗੇ ਦੱਸ ਚੁੱਕਿਆ ਕਿ ਮੈਂ ਸਾਬਤ ਸੂਰਤ ਹਾਂ ਔਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੋਹਣੀ ਜੌਬ ਕਰਦੇ ਹਾਂ ਉੱਥੇ, ਅਤੇ ਮੇਰੇ ਨਾਲ ਹੋਰ ਵੀ ਕਿੰਨੇ ਗੁਰਸਿੱਖ ਨੇ ਜਿਹੜੇ ਐਸੇ ਜੋ ਐਗਜ਼ੈਂਪਲਰੀ ਗੁਰਸਿੱਖ ਜੋ ਵਧੀਆ ਜੌਬਾਂ 'ਤੇ ਲੱਗੇ ਹੋਏ ਨੇ, ਗੁਰਸਿੱਖ ਸੰਗਤ ਵਿੱਚ ਉਹ ਆਉਂਦੇ ਨੇ, ਸੰਗਤ ਵਿੱਚ ਕੀਰਤਨ ਦੀਆਂ ਸੇਵਾਵਾਂ ਅਤੇ ਹੋਰ ਸੇਵਾਵਾਂ ਸਾਰੀਆਂ ਨਿਭਾਉਂਦੇ ਨੇ, ਨਾਲ ਨਾਲ ਸੋਹਣੀਆਂ ਜੌਬਾਂ ਕਰਦੇ ਆ, ਔਰ ਮਾਣ ਦੇ ਨਾਲ, ਚਲੋ ਮਾਣ ਗੁਰੂ ਸਾਹਿਬ ਦੇ ਉੱਤੇ ਹੈ ਸਾਨੂੰ ਮਾਣ ਦੇ ਨਾਲ ਦਸਤਾਰ 'ਤੇ ਮਾਣ ਕਰਦੇ ਹਨ ਔਰ ਆਪਣੇ ਸਰੂਪ 'ਤੇ ਮਾਣ ਕਰਦੇ ਹਨ, ਅਤੇ ਹੋਰ ਜਿਹੜੀਆਂ ਕਮਿਊਨਿਟੀਜ਼ ਨੇ ਉੱਥੇ ਦੀਆਂ ਆਸਟ੍ਰੇਲੀਅਨ ਗੋਰਿਆਂ ਨੂੰ ਵੀ ਅਸੀਂ ਮਾਣ ਮਹਿਸੂਸ ਕਰਦੇ ਹਾਂ ਜਦੋਂ ਦੱਸਦੇ ਹਾਂ ਆਪਣੇ ਕਲਚਰ ਬਾਰੇ। ਠੀਕ ਹੈ, ਅਤੇ ਕੀ ਮਤਲਬ ਜਿਸ ਤਰ੍ਹਾਂ ਆਪਾਂ ਜੇ ਪਗੜੀ ਦੇ ਬਾਰੇ ਗੱਲ ਕਰੀਏ ਕਿ ਉੱਥੇ ਜੌਬ ਕਰਦੇ ਹੋਏ ਜਾਂ ਤੁਹਾਡੀ ਜੌਬ ਦੇ ਜਾਂ ਉਸ ਤੋਂ ਇਲਾਵਾ ਜੌਬ ਦੇ ਵੀ ਕੀ ਪਗੜੀ ਨੂੰ ਲੈ ਕੇ ਵੀ ਉੱਧਰ ਦੀ ਸਰਕਾਰ ਵੱਲੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਨਹੀਂ, ਕਿਸ ਤਰ੍ਹਾਂ? ਮੈਨੂੰ ਲੱਗਦਾ ਕਿ ਪਗੜੀ ਨੂੰ ਲੈ ਕੇ ਵੀ ਪ੍ਰੋਬਲਮ ਜੋ ਹੈ ਜਾਂ ਤਾਂ ਮੈਂ ਫਰਾਂਸ 'ਚ ਸੁਣਿਆ, ਉਹ ਹੋਰ ਤਕਰੀਬਨ ਉੱਥੇ ਕੋਈ ਆਸਟ੍ਰੇਲੀਆ ਦੇ ਵਿੱਚ ਐਸੀ ਕੋਈ ਗੱਲ ਨਹੀਂ ਹੈ। ਤੇ ਉਹਨਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਇਹ ਸੋਚਦੇ ਨੇ ਕਿ ਆਸਟ੍ਰੇਲੀਆ ਜਾਂ ਬਾਹਰ ਕਿਸੇ ਵੀ ਮੁਲਕ ਜਾਣ ਵਾਸਤੇ, ਪੰਜਾਬ ਤੋਂ ਬਾਹਰ, ਇੰਡੀਆ ਤੋਂ ਬਾਹਰ ਕਿਸੇ ਵੀ ਮੁਲਕ ਜਾਣ ਵਾਸਤੇ ਕਿ ਉਹਨਾਂ ਨੂੰ ਆਪਣੇ ਕੇਸ ਕਤਲ ਕਰਾਉਣੇ ਪੈਣਗੇ ਜਾਂ ਉਹਨਾਂ ਨੂੰ ਸ਼ਾਇਦ ਇਸ ਕਰਕੇ ਵੀਜ਼ਾ ਨਹੀਂ ਮਿਲੇਗਾ ਕਿਉਂਕਿ ਉਹਨਾਂ ਦੇ ਸਿਰ 'ਤੇ ਪੱਗ ਹੈਗੀ, ਉਹਨਾਂ ਦੇ ਚਿਹਰੇ 'ਤੇ ਦਾੜੀ 'ਤੇ ਮੁੱਛਾਂ ਨੇ, ਅਤੇ ਇਸ ਉਹਨਾਂ ਵੀਰਾਂ ਨੂੰ ਕੀ ਕਹਿਣਾ ਚਾਹੋਗੇ? ਮੇਰੀ ਉਹਨਾਂ ਵੀਰਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਆਪਣੇ ਇਤਿਹਾਸ ਵੱਲ ਇੱਕ ਨਜ਼ਰ ਮਾਰੀਏ, ਅਸੀਂ ਚਾਰ ਸਾਹਿਬਜ਼ਾਦਿਆਂ ਨੂੰ ਯਾਦ ਕਰੀਏ, ਭਾਈ ਮਨੀ ਸਿੰਘ, ਭਾਈ ਦਯਾਲਾ ਜੀ, ਸਤੀਦਾਸ ਜੀ, ਮਤੀਦਾਸ ਜੀ, ਹੋਰ ਤਾਰੂ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਸਾਰੇ ਜੋ ਮਹਾਨ ਗੁਰਸਿੱਖ ਸ਼ਹੀਦ ਹੋਏ ਹਨ ਉਹਨਾਂ ਵੱਲ ਅਸੀਂ ਇੱਕ ਨਜ਼ਰ ਮਾਰੀਏ ਅਤੇ ਦੇਖੀਏ ਉਹਨਾਂ ਦੇ ਸਿੱਖੀ ਸਿੱਦਕ ਨੂੰ, ਅਤੇ ਅਸੀਂ ਕਿੱਥੇ ਖੜ੍ਹੇ ਹਾਂ, ਸਾਡੇ ਵਿੱਚ ਕਿੰਨੀਆਂ ਕਮੀਆਂ ਨੇ, ਅਸੀਂ ਸਾਡੇ ਵਿੱਚ ਹੀ ਕਮੀਆਂ ਨੇ, ਔਰ ਅਸੀਂ ਦਰਅਸਲ ਹੈ ਤਾਂ ਸਾਰੀ ਕਰਤੇ ਦੀ ਖੇਡ ਹੀ ਹੈ। ਪਰ ਮੈਂ ਇਹੀ ਬੇਨਤੀ ਕਰਦਾ ਕਿ ਤੁਸੀਂ ਘਰ ਵਾਪਸ ਆ ਜਾਓ, ਹੌਲੀ ਹੌਲੀ ਤੁਸੀਂ ਇਸ ਮਾਰਗ ਵੱਲ ਤੁਰੋ, ਸੰਗਤ ਕਰੋ, ਵੱਧ ਤੋਂ ਵੱਧ ਗੁਰਦੁਆਰਿਆਂ ਦੇ ਵਿੱਚ ਪ੍ਰਚਾਰ ਬਹੁਤ ਹੋ ਰਿਹਾ ਹੈ, ਪ੍ਰਚਾਰ ਦੀ ਕੋਈ ਵੀ ਐਸੀ ਕੋਈ ਗੱਲ ਨਹੀਂ, ਇੱਦਾਂ ਨਹੀਂ ਹੈਗਾ ਪ੍ਰਚਾਰ ਦੀ ਕਮੀ ਨਹੀਂ ਹੈ, ਕਮੀ ਹੈ, ਅਤੇ ਸਾਡੇ ਵਿੱਚ ਜ਼ਰੂਰ ਕਮੀ ਹੈ, ਅਸੀਂ ਆਪ ਹੀ ਸਾਨੂੰ ਉੱਦਮ ਕਰਨਾ ਪੈਣਾ, ਅਸੀਂ ਇੱਕ ਕਦਮ ਤਾਂ ਸਾਨੂੰ ਪੁੱਟਣਾ ਹੀ ਪੈਣਾ। ਗੁਰੂ ਸਾਹਿਬ ਤਾਂ ਬਾਹਰ ਖਿਲਾਰ ਕੇ ਵੇਟ ਕਰ ਰਹੇ ਸਾਡੀ, ਵੇਟ ਕੀ ਕਰ ਰਹੇ ਵੈਸੇ, ਚਲੋ ਹੈ ਉਹ ਅੱਗੇ ਮੈਂ ਦੱਸਿਆ ਹੈ ਤਾਂ ਕਰਤੇ ਦੀ ਖੇਡ ਜੋ ਵੱਡੀ ਪਿਕਚਰ ਦੇਖਦੇ ਹੋ ਤਾਂ, ਲੇਕਿਨ ਅਸੀਂ ਸਾਨੂੰ ਵੀ ਉੱਦਮ ਕਰਨਾ ਪੈਣਾ ਸਾਨੂੰ, ਅਤੇ ਕਤਲ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਜੌਬ ਲੈਣ ਵਾਸਤੇ ਇਹ ਸਭ ਬਹਾਨੇ ਹਨ, ਅਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਤੁਸੀਂ ਅਗਰ ਤੁਹਾਡੇ ਦੇ ਵਿੱਚ ਸਕਿੱਲ ਹੈਗਾ, ਅਗਰ ਤੁਹਾਨੂੰ ਕੰਮ ਆਉਂਦਾ ਤਾਂ ਤੁਹਾਨੂੰ ਕਿਤੇ ਵੀ ਵਧੀਆ ਜੌਬ ਮਿਲ ਸਕਦੀ ਹੈ। ਤੁਹਾਨੂੰ ਪੱਗ ਹੈਗੀ ਆ ਜਾਂ ਨਹੀਂ ਹੈਗੀ ਜਾਂ ਕੇਸ ਹੈਗੇ ਜਾਂ ਨਹੀਂ, ਇਸ ਚੀਜ਼ ਨਾਲ ਗੋਰਿਆਂ ਨੂੰ ਜਾਂ ਕਿਸੇ ਹੋਰ ਨੂੰ ਜਿਹੜੇ ਜੌਬ ਦੇਣ ਵਾਲੇ ਇੰਪਲੋਇਰ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਇਹ ਸਾਡੀ ਸਿਰਫ ਆਪਣੇ ਮਨ ਦੀ ਅਵਸਥਾ ਹੀ ਹੈ, ਅਸੀਂ ਬਹੁਤ ਇਸ ਲੈਵਲ 'ਤੇ ਆ ਕੇ ਸੋਚਦੇ ਹਾਂ ਕਿ ਸ਼ਾਇਦ ਇਹ ਇੱਕ ਹਰਡਲ ਹੈ, ਪਰ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਅਤੇ ਤਗੜੇ ਹੋਵੋ ਔਰ ਸਗੋਂ ਮਾਣ ਮਹਿਸੂਸ ਕਰਿਆ ਕਰੀਏ ਆਪਾਂ ਕਿ ਸਾਡਾ ਇੰਨਾ ਵੱਡਾ ਵਿਰਸਾ, ਔਰ ਅਸੀਂ ਹੋਰਨਾਂ ਨੂੰ ਵੀ ਪ੍ਰੇਰਨਾ ਕਰੀਏ, ਅਤੇ ਅਸੀਂ ਵਧੀਆ ਜੌਬਾਂ 'ਤੇ ਵੀ ਜਾਣਾ ਹੈ, ਅਸੀਂ ਕੀਰਤਨ ਵੀ ਕਰਨੇ ਹੈ, ਅਸੀਂ ਬਾਣੀ ਵੀ ਪੜ੍ਹਨੀ ਹੈ, ਅਸੀਂ ਗੱਤਕਾ ਵੀ ਖੇਡਣਾ, ਅਸੀਂ ਸਾਰਾ ਅਸੀਂ ਦੇਖੀਏ ਬਹੁਤ ਕੁਛ ਗੁਰੂ ਸਾਹਿਬ ਨੇ ਦਾਤਾਂ ਦਿੱਤੀਆਂ ਹਨ, ਅਤੇ ਹਾਂਜੀ ਬਹੁਤ ਵਧੀਆ ਸੰਦੇਸ਼ ਤੁਸੀਂ ਉਹਨਾਂ ਲੋਕਾਂ ਵਾਸਤੇ ਦਿੱਤਾ। ਅਤੇ ਤੁਹਾਡੇ ਵੱਲ ਥੋੜ੍ਹਾ ਅਸੀਂ ਵਾਪਸ ਆਉਂਦੇ ਹਾਂ, ਤੁਹਾਡੀ ਲਾਈਫ ਬਾਰੇ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਕਿ ਇੱਕ ਪ੍ਰੋਫੈਸ਼ਨਲ ਲਾਈਫ ਨੂੰ ਤੁਸੀਂ ਜੌਬ ਵੀ ਕਰਦੇ, ਤੁਸੀਂ ਦੱਸਿਆ ਕਿ ਤੁਸੀਂ ਵੀਕਡੇਜ਼ ਦੇ ਵਿੱਚ ਤੁਸੀਂ ਜੌਬ 'ਤੇ ਵੀ ਜਾਣਾ ਹੁੰਦਾ, ਸੰਗਤ ਦੀ ਬੇਨਤੀ 'ਤੇ ਤੁਸੀਂ ਕੀਰਤਨ ਵੀ ਕਰਦੇ ਹੋ, ਅਤੇ ਪਰਸਨਲ ਲਾਈਫ ਨੂੰ ਪ੍ਰੋਫੈਸ਼ਨਲ ਲਾਈਫ ਨਾਲ ਕਿੱਦਾਂ ਮੈਨੇਜ ਕੀਤਾ ਜਾਂਦਾ ਹੈਗਾ? ਕਿਉਂਕਿ ਜਾਂ ਆਪਾਂ ਦੇਖੀਏ ਕਿ ਜਿਹੜੇ ਤੁਸੀਂ ਜੋ ਕੀਰਤਨੀਏ ਨੇ, ਜੋ ਸਾਡੇ ਕੀਰਤਨੀਏ ਸਿੰਘ ਨੇ, ਅਤੇ ਉਹ ਸਿਰਫ ਕੀਰਤਨ ਦੇ ਵਿੱਚ ਰੁੱਝੇ ਹੋਏ ਨੇ, ਅਤੇ ਇਸ ਕਰਕੇ ਕੋਈ ਪ੍ਰੋਫੈਸ਼ਨਲ ਜਿਹੜਾ ਹੈਗਾ ਕੋਈ ਇਹੋ ਜਿਹਾ ਕੋਈ ਜੋਬ ਦਾ ਉਹਨਾਂ 'ਤੇ ਭਾਰ ਨਹੀਂ, ਅਤੇ ਉਹ ਮੈਨੇਜ ਈਜ਼ੀਲੀ ਕੀਤਾ ਜਾ ਸਕਦਾ, ਅਤੇ ਕਿਉਂਕਿ ਬੜਾ ਥਕਰੇਵਾਂ ਹੋ ਜਾਂਦਾ, ਰਾਤ ਦਾ ਲੰਬਾ ਸਫ਼ਰ ਵੀ ਹੁੰਦਾ ਹੈਗਾ, ਕਦੇ ਤੁਹਾਨੂੰ ਨੇੜਿਓ ਵੀ ਇਨਵੀਟੇਸ਼ਨਸ ਆਉਂਦੇ ਹੋਣਗੇ, ਦੂਰੋਂ ਵੀ ਬੇਨਤੀਆਂ ਆਉਂਦੀਆਂ ਹੋਣਗੀਆਂ, ਅਤੇ ਪਰ ਅਜੇ ਪ੍ਰੋਫੈਸ਼ਨਲੀ ਤੁਸੀਂ ਜੌਬ 'ਤੇ ਵੀ ਜਾਣਾ ਹੈ, ਅਤੇ ਸੰਗਤ ਵੀ ਕਰਨੀ ਹੈ, ਸੰਗਤ ਦਾ ਵੀ ਮਾਣ ਰੱਖਣਾ ਹੈਗਾ, ਕੀਰਤਨ ਰੂਪੀ ਹਾਜ਼ਰੀ ਭਰਨੀ ਹੈਗੀ ਆ, ਅਤੇ ਕਿੱਦਾਂ ਇਹਦੇ ਵਿੱਚ ਮੈਨੇਜ ਕੀਤਾ ਜਾਂਦਾ ਹੈਗਾ? ਸੰਗਤ ਵੱਲੋਂ ਵੀ ਬੜੇ ਤੁਹਾਨੂੰ ਖਿੱਚ ਪੈਂਦੀ ਹੋਏਗੀ। ਬਿਲਕੁਲ, ਜਿਵੇਂ ਮੈਂ ਅੱਗੇ ਕਿਹਾ ਵੀ ਕੀਰਤਨ ਗੁਰੂ ਸਾਹਿਬ ਦੀ ਦਾਤ ਔਰ
ਸੰਗਤ ਬਹੁਤ ਪਿਆਰ ਦਿੰਦੀ ਹੈ, ਇੰਨਾ ਜ਼ਿਆਦਾ ਪਿਆਰ, ਇੰਨਾ ਜ਼ਿਆਦਾ ਪਿਆਰ ਮੈਂ ਕਿਹੜੇ ਲਫਜ਼ਾਂ ਦੇ ਵਿੱਚ ਧੰਨਵਾਦ ਕਰਾਂ ਸੰਗਤ ਦਾ। ਹੈ ਤਾਂ ਸਾਰੀ ਗੁਰੂ ਸਾਹਿਬ ਦੀ ਆਪ ਦੀ ਵਡਿਆਈ ਹੈ। ਅਸੀਂ ਸਰੀਰ, ਅਸੀਂ ਗਲਤੀਆਂ ਕਰਨ ਹਾਰ ਭੁੱਲਣ ਹਾਰ ਹਾਂ, ਪਰ ਗੁਰੂ ਸਾਹਿਬ ਦੀ ਬਾਣੀ, ਗੁਰੂ ਸਾਹਿਬ ਦਾ ਕੀਰਤਨ ਹੀ ਹੈ ਜੋ ਸਾਨੂੰ, ਅਸੀਂ ਨਗਰ ਨਗਰ ਜਾਂ ਹੋਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰਬਾਣੀ ਸੰਗਤ ਦੇ ਨਾਲ, ਕੀਰਤਨ ਦੇ ਨਾਲ ਸੰਗਤ ਦੀ ਸੇਵਾ ਕਰਦੇ ਹਾਂ। ਅਤੇ ਜੋ ਜੋਬ, ਜਿਵੇਂ ਤੁਹਾਨੂੰ ਮੈਂ ਦੱਸਿਆ ਹੈਗਾ, ਉਹਦੇ ਵਿੱਚ ਸਾਨੂੰ ਕੁਛ ਛੁੱਟੀਆਂ ਮਿਲਦੀਆਂ ਹਨ, ਸਾਲ ਦੇ ਵਿੱਚ ਪੇਡ ਛੁੱਟੀਆਂ ਹੁੰਦੀਆਂ ਹਨ, ਅਤੇ ਅਸੀਂ ਕੋਸ਼ਿਸ਼ ਹੁੰਦੀ ਹੈ ਮੇਰੀ ਵੀ, ਅਸੀਂ ਮੈਨੇਜ ਕਰੀਏ ਉਸਨੂੰ ਆਪਣੀ ਸਿੰਗਣੀ ਦਾ, ਜੋ ਕਿ ਬਹੁਤ ਸਪੋਰਟਿਵ ਹੈ। ਜੇ ਉਹ ਸਪੋਰਟ ਨਾ ਕਰੇ ਤਾਂ ਇਹ ਪੋਸੀਬਲ ਨਹੀਂ ਹੈ। ਸੋ ਮੈਂ ਉਹਦਾ ਵੀ ਧੰਨਵਾਦ ਕਰਦਾ। ਬਿਲਕੁਲ ਬਿਲਕੁਲ, ਪਰਿਵਾਰ ਦੀ, ਯਾਨੀ ਕਿ ਪਰਿਵਾਰ ਦੇ ਨਾਲ ਵੀ ਜੋ ਮੈਨੇਜ ਕਰਨਾ ਬੜਾ ਜੋ ਇੱਕ ਜ਼ਰੂਰੀ ਹੈ, ਪਰਿਵਾਰ ਦੇ ਵਿੱਚ ਵੀ ਬੜੀ ਡਿਫੀਕਲਟੀਜ਼ ਆਉਂਦੀਆਂ ਨੇ, ਬੱਚਿਆਂ ਦੇ ਸਕੂਲ ਦੀ, ਹੋਰ ਵੀ ਕਈ ਗੱਲਾਂ ਨੇ। ਅਤੇ ਬਸ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ, ਪਰ ਜੋਬ ਦੇ ਨਾਲ, ਬੱਚਿਆਂ ਦੇ ਨਾਲ, ਔਰ ਹੋਰ ਬਾਕੀ ਜੋ ਮੇਰੇ ਸ਼ੌਂਕ ਹਨ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਨਾਲ, ਜੋ ਕੀਰਤਨ ਜੋ ਹੈ ਜਾਂ ਸੰਗਤ ਹੈ, ਇਹ ਤਾਂ ਚਲੋ ਖੈਰ ਜਿਵੇਂ ਦੱਸਿਆ ਰੂਹ ਦੀ ਖੁਰਾਕ ਹੈ, ਔਰ ਇਸ ਚੀਜ਼ ਦੇ ਇਹ ਤਾਂ ਇਹਦੀ ਭੁੱਖ ਵੀ ਲੱਗਦੀ ਹੈ ਸਾਨੂੰ, ਅਸੀਂ ਕਰਨਾ ਵੀ ਹੈ ਅਤੇ ਆਪਣੀ ਆਪਣੇ ਵਾਸਤੇ ਕਰਨਾ ਹਨ, ਅਤੇ ਕਰਦੇ ਹਾਂ, ਔਰ ਸੰਗਤ ਦੀ ਸੇਵਾ ਵਾਸਤੇ ਕਰਦੇ ਹਨ। ਅਤੇ ਜਿਵੇਂ ਜਿਵੇਂ ਵੀ ਸੰਗਤ ਦਾ ਹੁਕਮ ਹੁੰਦਾ ਹੈ, ਕੋਸ਼ਿਸ਼ ਹੁੰਦੀ ਹੈ ਕਿ ਸੇਵਾ ਕਰੀਏ, ਪਰ ਕਈ ਵਾਰੀ ਨਹੀਂ ਵੀ ਜਾ ਹੁੰਦਾ ਸਾਰੇ ਸਮਾਗਮਾਂ 'ਤੇ, ਨਹੀਂ ਪਹੁੰਚ ਹੁੰਦਾ, ਕਿਉਂਕਿ ਸੰਗਤ ਦਾ ਪਿਆਰ ਬਹੁਤ ਹੈ, ਖਿੱਚ ਬਹੁਤ ਆ, ਸਾਰੇ ਪਾਸਿਓਂ ਸੰਗਤ ਬੁਲਾਉਂਦੀ ਹੈ, ਪਰ ਜਿਵੇਂ ਵੀ ਜਾਣਦੇ ਹੁਣ ਤਕਰੀਬਨ ਸਾਰੇ ਜਾਣਦੇ ਹੀ ਹਨ, ਕਿਉਂਕਿ ਸਾਰੇ ਜੋ ਜਿਸ ਸੰਗਤ ਦੇ ਨਾਲ, ਅਖੰਡ ਕੀਰਤਨ ਜੱਥੇ ਦੇ ਨਾਲ ਜਾਂ ਹੋਰ ਸੰਗਤਾਂ ਜਿਹੜੀਆਂ ਵੀ ਪ੍ਰੇਮ ਕਰਦੀਆਂ ਹਨ ਜਾਂ ਆਪਣੇ, ਸਾਰਿਆਂ ਨੂੰ ਪਤਾ ਹੈ ਸਭ ਕੰਮਕਾਜੀ ਸਿੰਘ ਹਨ, ਕਿਰਤ ਕਮਾਉਣ ਵਾਲੇ ਹਨ, ਔਰ ਇੰਨਾ ਸਮਾਂ ਤਾਂ ਨਹੀਂ ਮਿਲਦਾ, ਪਰ ਜਿੰਨਾ ਵੀ ਗੁਰੂ ਸਾਹਿਬ ਆਪ ਬਖਸ਼ਿਸ਼ ਕਰਕੇ ਜਿੰਨੀ ਸੇਵਾ ਲੈ ਲੈਂਦੇ, ਉਨੀ ਕੋਸ਼ਿਸ਼ ਹੁੰਦੀ ਹੈ ਵੀ ਕਰੀਏ, ਹਨ। ਸੋ ਕੋਸ਼ਿਸ਼ ਤਾਂ ਇਹ ਹੁੰਦੀ ਹੈ ਕਿ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ, ਪਰ ਕੁਝ ਮਜਬੂਰੀਆਂ, ਜਿਵੇਂ ਮੈਂ ਦੱਸਿਆ ਕਿ ਪਰਿਵਾਰ ਔਰ ਜੋਬ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਣਾ ਹੁੰਦਾ, ਕੁਛ ਇੱਦਾਂ ਦੀਆਂ ਵੀ ਮਜਬੂਰੀਆਂ ਹੁੰਦੀਆਂ ਹਨ, ਜਿਵੇਂ ਕਿ ਕਈ ਕੀਰਤਨੀਆਂ ਦੀ, ਹੁਣ ਮੇਰੀ ਪ੍ਰੋਬਲਮ ਹੈ ਬੈਕ ਦੀ ਪ੍ਰੋਬਲਮ ਕਰਕੇ, ਮੇਰੇ ਕੋਲੋਂ ਬਹੁਤਾ ਸਮਾਂ ਨਹੀਂ ਬੈਠਿਆ ਜਾਂਦਾ। ਸੋ ਪਰ ਕੋਸ਼ਿਸ਼ ਫਿਰ ਵੀ ਜਿੰਨਾ ਕੁ ਮਾਰ ਸਰੀਰਕ ਬਲ ਦੇਣ, ਉਸ ਹਿਸਾਬ ਨਾਲ ਕੋਸ਼ਿਸ਼ ਹੁੰਦੀ ਹੈ ਕਿ ਸੇਵਾ ਕੀਤੀ ਜਾਵੇ। ਬਹੁਤ ਹੀ ਵਧੀਆ ਤੁਸੀਂ ਗੱਲਾਂ ਬਾਤਾਂ ਕੀਤੀ, ਜਾਂਦੇ ਜਾਂਦੇ ਅਖੀਰ ਦੇ ਵਿੱਚ ਅਕਾਲ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਮੈਂ ਇਹੀ ਬੇਨਤੀ ਕਰੂੰਗਾ ਕਿ ਨੌਜਵਾਨਾਂ ਨੂੰ ਖਾਸ ਕਰਕੇ, ਕਿ ਇਹ ਜਿਹੜਾ ਸਮਾਂ ਹੈ ਜੋ ਕੌਮ 'ਤੇ ਚੱਲ ਰਿਹਾ ਹੈ, ਜਿਵੇਂ ਆਪ ਜੀ ਨੇ ਦੇਖਿਆ ਹੀ ਹੈ ਪਿੱਛੇ ਵੀ ਗੁਰੂ ਸਾਹਿਬ ਦੀ ਬੇਅਦਬੀ ਵੀ ਹੋਈ ਹੈ, ਬਿਲਕੁਲ, ਔਰ ਇਸ ਤਰ੍ਹਾਂ ਦੇ ਜੋ ਸਾਡਾ, ਸਾਨੂੰ ਪਤਾ ਹੈ ਕਿ ਸਾਡੀ ਕੌਮ ਦੇ ਵਿੱਚ ਇਸ ਵੇਲੇ ਬੜੀ ਘਾਟ ਹੈ, ਲੀਡਰਸ਼ਿਪ ਦੀ ਘਾਟ ਹੈ, ਜੋ ਮੈਂ ਮਹਿਸੂਸ ਕਰਦਾ, ਬਿਲਕੁਲ, ਇੱਕ ਚੰਗੇ ਲੀਡਰ ਦੀ ਇਸ ਵੇਲੇ ਬਹੁਤ ਲੋੜ ਹੈ, ਅਤੇ ਉਹ ਲੀਡਰ ਸਾਡੇ ਆਉਣ ਵਾਲੀ ਜਨਰੇਸ਼ਨ 'ਚੋਂ ਜਾਂ ਸਾਡੇ ਨੌਜਵਾਨਾਂ ਦੇ ਵਿੱਚੋਂ ਨਿਕਲਣੇ ਹਨ, ਅਤੇ ਵੱਧ ਤੋਂ ਵੱਧ ਬਾਣੀ ਪੜ੍ਹੋ, ਵੱਧ ਤੋਂ ਵੱਧ ਸੰਗਤ ਕਰੀਏ, ਵੱਧ ਤੋਂ ਵੱਧ ਇਸ ਚੀਜ਼ ਨਾਲ ਗੁਰਸਿੱਖੀ ਵੱਲ, ਆਪਣੇ ਇਸ ਮਾਰਗ ਵੱਲ ਆਈਏ, ਨਾਮ ਜਪੀਏ, ਔਰ ਆਪਣੇ ਆਪਣੇ ਆਪ ਨੂੰ ਆਤਮਕ ਤੌਰ 'ਤੇ ਬਲਵਾਨ ਬਣਾਈਏ, ਔਰ ਗਿਆਨ ਦਾ ਖੜਗ ਲੈ ਕੇ ਅਸੀਂ ਹੋਰ ਯੂਥ ਨੂੰ ਇਕੱਠਾ ਕਰਕੇ ਅਸੀਂ ਕੌਮ ਦੀ ਸੇਵਾ ਕਰ ਸਕੀਏ। ਇਸ ਵੇਲੇ ਬਹੁਤ ਜ਼ਰੂਰਤ ਹੈ ਇੱਕ ਕੌਮ ਨੂੰ ਚੰਗੇ ਲੀਡਰ ਦੀ, ਔਰ ਆਪਣੇ ਘਰਾਂ ਦੇ ਵਿੱਚ ਅਸੀਂ ਬਾਣੀ ਪੜ੍ਹੀਏ, ਨਾਮ ਜਪੀਏ, ਹੈ ਨਾ, ਅਤੇ ਗੁਰੂ ਗੁਰੂ ਕਰੀਏ ਆਪਣੇ, ਜਿਵੇਂ ਮੈਂ ਦੱਸਿਆ ਕਿ ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਅਗਰ ਇਹ ਨਿਕਲ ਗਿਆ ਤਾਂ ਤੁਸੀਂ ਦੇਖਿਆ ਵੀ ਜਿਹੜੇ ਵੀ ਜੁਝਾਰੂ ਸਿੰਘ ਜਾਂ ਹੋਰ ਵੀ ਚੜ੍ਹਦੀ ਕਲਾ ਵਾਲੇ ਗੁਰਸਿੱਖ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਹਨ, ਉਹ ਬਿਨਾਂ ਸਿਮਰਨ ਅਭਿਆਸ 'ਚ, ਬਿਨਾਂ ਨਿਤਨੇਮ ਤੋਂ, ਇਹਨਾਂ ਚੀਜ਼ਾਂ ਤੋਂ, ਬਿਨਾਂ ਕੀਰਤਨ, ਬਿਨਾਂ ਕਮਾਈਆਂ ਤੋਂ ਨਹੀਂ ਹੁੰਦਾ। ਸੋ ਇਹ ਬਹੁਤ ਜ਼ਰੂਰੀ ਹੈ, ਅਤੇ ਗੁਰੂ ਸਾਹਿਬ ਕਿਰਪਾ ਕਰਨ, ਮੇਰੇ ਕਰਮ ਜੰਤ ਮੈਨੂੰ ਵੀ ਦਾਤ ਬਖਸ਼ਣ, ਹੋਰ ਮੈਂ ਵੀ ਸੇਵਾ ਕਰ ਸਕਾਂ ਕੌਮ ਦੀ ਜਿਵੇਂ ਵੀ ਹੁੰਦੀ ਹੈ। ਅਤੇ ਬੇਨਤੀ ਹੈ ਸਾਰੇ ਗੁਰਸਿੱਖਾਂ ਨੂੰ, ਗੁਰਸਿੱਖ ਵੀਰਾਂ, ਨੌਜਵਾਨਾਂ ਨੂੰ ਖਾਸ ਕਰਕੇ, ਕਿ ਤੁਸੀਂ ਪੜ੍ਹਾਈਆਂ ਵੀ ਕਰਨੀਆਂ, ਅਤੇ ਤੁਸੀਂ ਆਪਣਾ ਵਿਰਸਾ ਵੀ ਸਾਂਭਣਾ, ਤੁਸੀਂ ਸੰਗਤ ਵੀ ਕਰਨੀ ਹੈ, ਤੁਸੀਂ ਕੀਰਤਨ ਵੀ ਕਰਨੇ ਹੈ, ਤੁਸੀਂ ਨਾਮ ਵੀ ਜਪਣਾ, ਅਸੀਂ ਆਪਣੇ ਆਪ ਨੂੰ ਆਲਰਾਊਂਡਰ ਬਣਾਈਏ। ਬਿਲਕੁਲ, ਔਰ ਖਾਸ ਕਰਕੇ ਐਜੂਕੇਸ਼ਨ, ਮੈਂ ਬੇਨਤੀ ਕਰਦੀ ਵੀ ਐਜੂਕੇਸ਼ਨ ਜ਼ਰੂਰ ਵੱਧ ਲਓ ਜਿੰਨੀ ਲੈ ਹੁੰਦੀ ਹੈ, ਔਰ ਵਿਹਲੇ ਨਾ ਬੈਠੋ, ਕੰਮ ਕਰੋ। ਕਿਰਤ ਕਮਾਉਣ ਦਾ ਉਪਦੇਸ਼ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਨੇ ਦਿੱਤਾ, ਕਿਰਤ ਕਮਾਓ, ਕਿਰਤ ਕਮਾਉਣ ਤੋਂ ਬਿਨਾਂ ਵੀ, ਕਿਰਤ ਦੇ ਵਿੱਚ ਬੜਾ ਆਨੰਦ ਹੈ, ਕਿਰਤ ਦੇ ਨਾਲ ਗੁਰੂ ਸਾਹਿਬ ਆਪ ਯਾਦ ਰਹਿੰਦੇ ਹਨ। ਸੋ ਕਿਰਤ ਕਮਾਉਣੀ ਹੈ, ਔਰ ਨਾਲ ਨਾਲ ਨਾਮ ਜਪਣਾ, ਅਤੇ ਸਾਰਿਆਂ ਨੂੰ ਅਸੀਂ ਸ਼ੇਅਰ ਕਰਨਾ, ਵੰਡ ਛਕਣਾ, ਇਹ ਗੁਰੂ ਸਾਹਿਬ ਦੇ ਸਿਧਾਂਤ ਹਨ, ਇਹ ਬਹੁਤ ਹੀ ਜ਼ਿਆਦਾ ਕਾਰੀਗਰ ਹਨ ਇਸ ਵੇਲੇ, ਜੋ ਬਹੁਤ ਜ਼ਰੂਰਤ ਹੈ।
ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਈ ਪਰਮਿੰਦਰ ਸਿੰਘ ਜੀ ਦਾ, ਜਿਨ੍ਹਾਂ ਨੇ ਸਾਡੇ ਨਾਲ ਬਹੁਤ ਹੀ ਜੋ ਵਧੀਆ ਸੁਚੀਜੇ ਜੋ ਗੱਲਾਂ ਬਾਤਾਂ ਕੀਤੀਆਂ, ਬੜੀ ਜੋ ਉਹਨਾਂ ਆਪਣਾ ਜੋ ਐਕਸਪੀਰੀਅੰਸ ਵੀ ਸ਼ੇਅਰ ਕੀਤੇ, ਔਰ ਇਹ ਦੱਸਿਆ ਕਿ ਕੀਰਤਨ ਕਰਨ ਵਾਸਤੇ ਆਪਣੀ ਜੋਬ ਨੂੰ ਛੱਡਣ ਦੀ ਲੋੜ ਨਹੀਂ ਹੈਗੀ, ਜਾਂ ਜੋਬ 'ਤੇ ਜਾਂਦੇ ਹਾਂ ਜੇ ਅਸੀਂ ਜੋਬ ਕਰਦੇ ਹੈਗੇ ਹਾਂ ਅਤੇ ਗੁਰਦੁਆਰੇ ਜਾਂਦੇ ਜੋ ਸਾਨੂੰ ਜੋ ਇਹ ਆਪਾਂ ਇਹ ਬਹਾਨੇ ਨਾ ਮਾਰੀਏ ਕਿ ਆਪਾਂ ਜੇ ਜੋਬ 'ਤੇ ਜਾਂਦੇ ਹਾਂ ਆਪਾਂ ਗੁਰਦੁਆਰੇ ਨਹੀਂ ਜਾ ਸਕਦੇ, ਸੰਗਤ ਦੇ ਵਿੱਚ ਅਸੀਂ ਹਾਜ਼ਰੀ ਨਹੀਂ ਪਾ ਸਕਦੇ। ਦੋਨੋਂ ਲਾਈਫ, ਦੋਨੋਂ ਜੋ ਆਪਣੀ ਪਰਸਨਲ ਔਰ ਪ੍ਰੋਫੈਸ਼ਨਲ ਲਾਈਫ ਨੂੰ ਕਿੱਦਾਂ ਕੋਰੀਲੇਟ ਕਰਕੇ ਮੈਨੇਜ ਕਰਕੇ ਜੋ ਅੱਗੇ ਵਧਣਾ ਹੈਗਾ, ਉਹਦਾ ਇੱਕ ਪਰਫੈਕਟ ਐਗਜ਼ਾਮਪਲ ਜੋ ਭਾਈ ਪਰਮਿੰਦਰ ਸਿੰਘ ਨੇ, ਕਿਉਂਕਿ ਕੀਰਤਨ ਜੋ ਬੜਾ ਅਭਿਆਸ ਦੀ ਵੀ ਲੋੜ ਹੈਗੀ ਹੈ। ਕੀਰਤਨ ਇਹ ਨਹੀਂ ਕਿ ਆਪਾਂ ਗੁਰਦੁਆਰੇ ਜਾਣਾ, ਕੀਰਤਨ ਵਾਸਤੇ ਵੀ ਜੋ ਇੱਕ ਜੋ ਮੇਰਾ ਮੰਨਣਾ ਹੈਗਾ ਕਿ ਜੇ ਅੱਧੇ ਘੰਟੇ ਦਾ ਜੇ ਕੀਰਤਨ ਕਰਨਾ ਤਾਂ ਉਹਦੇ ਪਿੱਛੇ ਕਈ ਘੰਟਿਆਂ ਦੀ ਮਿਹਨਤ ਛਿਪੀ ਹੁੰਦੀ ਹੈ, ਤੇ ਦਸਾਂ ਦਸਾਂ ਘੰਟਿਆਂ ਦੀ ਉਹਦੇ ਵਿੱਚ ਜੋ ਰਿਆਜ਼ ਛੁਪਿਆ ਹੁੰਦਾ, ਤਾਂ ਹੀ ਜੋ ਇੱਕ ਅੱਧੇ ਜਾਂ ਇੱਕ ਘੰਟੇ ਦਾ ਕੀਰਤਨ ਜੋ ਪ੍ਰੈਕਟੀਕਲੀ ਕੀਤਾ ਜਾ ਸਕਦਾ ਹੈਗਾ, ਤੇ ਬੜਾ ਹੀ ਜੋ ਮੈਨੇਜੇਬਲ ਜੋ ਆਪਾਂ ਜੇ ਮੈਨੇਜ ਕਰੀਏ, ਜੇ ਆਪਾਂ ਗੁਰੂ ਸਾਹਿਬ ਨੂੰ ਪ੍ਰਾਇਓਰਟੀ ਦਈਏ ਤੇ ਆਪਾਂ ਜ਼ਰੂਰ ਜੋ ਆਪਾਂ ਪਰਸਨਲ ਔਰ ਪ੍ਰੋਫੈਸ਼ਨਲ ਲਾਈਫ ਦੋਨੋਂ ਨੂੰ ਅਸੀਂ ਅੱਛੇ ਤਰੀਕੇ ਨਾਲ ਮੈਨੇਜ ਕਰ ਸਕਦੇ ਹਾਂ। ਤੇ ਵੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੇ ਉਮੀਦ ਕਰਦੇ ਹਾਂ ਕਿ ਹਮੇਸ਼ਾ ਇਸੇ ਤਰੀਕੇ ਅਸੀਂ ਤੁਹਾਡੇ ਨਾਲ ਜੋ ਗੱਲਾਂ ਬਾਤਾਂ ਕਰਦੇ ਰਹਾਂਗੇ, ਸਮਾਂ ਤੁਸੀਂ ਸਾਨੂੰ ਦਿੰਦੇ ਰਹਾਂਗੇ, ਗੁਰਫਤਿਹ ਦੀ ਅਸੀਂ ਤੁਹਾਡੇ ਨਾਲ ਜਾਂਦੇ ਜਾਂਦੇ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅਕਾਲ ਚੈਨਲ ਦੇਖ ਰਹੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜੋ ਗਿਆਨ ਦੀ ਸਾਂਝ ਪ੍ਰੋਗਰਾਮ ਤੁਸੀਂ ਦੇਖ ਰਹੇ ਸੀਗੇ, ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਤੁਸੀਂ ਦੇਖਦੇ ਰਹੋ ਅਕਾਲ ਚੈਨਲ, ਕੈਮਰਾਮੈਨ ਜਸਪ੍ਰੀਤ ਸਿੰਘ ਦੇ ਨਾਲ, ਦਾਸ ਗੁਰਪ੍ਰੀਤ ਸਿੰਘ ਪੂਰੀ ਦਿੱਲੀ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।